ਇਕ ਹੋਰ ਵੀਡੀਓ ਰਿਪੋਰਟ ਦੇ ਵਿੱਚ ਸਵਾਗਤ ਹੈ ਅੱਜ ਮੈਂ ਗੱਲ ਕਰਾਂਗਾ 25 ਸਾਲ ਪੁਰਾਣੀ ਇੱਕ ਬਹੁਤ ਵੱਡੀ ਤ੍ਰਾਸਦੀ ਬਾਰੇ ਇੱਕ ਐਸੀ ਟ੍ਰੇਜੇਡੀ ਜਿਸ ਨੂੰ ਨਾਂ ਦਿੱਤਾ ਗਿਆ ਮਾਲਟਾ ਬੋਟ ਟ੍ਰੇਜੇਡੀ ਬਹੁਤ ਸੇ ਲੋਕ ਇਸ ਨਾਲ ਜਾਣੂ ਨੇ ਇਸ ਨਾਲ ਵਾਕਫ ਨੇ ਲੇਕਿਨ ਬਹੁਤ ਸੀ ਐਸੀ ਜਨਰੇਸ਼ਨ ਯਾ ਸਾਡੀ ਐਸੀ ਪੀਡੀ ਦੇ ਨੌਜਵਾਨ ਵੀ ਹੋਣਗੇ ਜਿਨ੍ਹਾਂ ਨੇ ਇਸ ਘਟਨਾ ਬਾਰੇ ਇਸ ਤ੍ਰਾਸਦੀ ਬਾਰੇ ਥੋੜਾ ਬਹੁਤ ਸੁਣਾਇਆ ਜ਼ਰੂਰ ਹੋਏਗਾ ਲੇਕਿਨ ਇਹ ਪੂਰਾ ਬਾਣਾ ਕਿਵੇਂ ਵਾਪਰਿਆ ਇਹ ਪੂਰੀ ਘਟਨਾ ਇਹ ਦੁਰਘਟਨਾ ਕਿਵੇਂ ਹੋਈ ਤੇ ਇਸ ਦੇ ਪਿੱਛੇ ਦੇ ਕਾਰਨ ਕੀ ਸਨ ਤੇ ਇਸ ਦੇ ਅੱਗੇ ਦੀ ਕਹਾਣੀ ਕੀ ਸੀ ਕਿ ਇਨਸਾਫ ਮਿਲ ਪਾਇਆ ਕਿ ਦੋਸ਼ੀਆਂ ਨੂੰ ਸਜ਼ਾਵਾ ਮਿਲ ਪਈਆਂ ਜਾਂ ਫਿਰ ਉਹ ਲਾਸ਼ਾਂ ਵੀ ਮਿਲ ਪਈਆਂ ਜੋ ਕਿ ਉਹਨਾਂ तकरीबन 300 ਦੇ ਆਸ-ਪਾਸ ਨੌਜਵਾਨਾਂ ਦੀਆਂ ਸਨ ਜੋ ਕਿ ਭਾਰਤ, ਪਾਕਿਸਤਾਨ, ਸ਼੍ਰੀਲੰਕਾ ਤੇ ਬੰਗਲਾਦੇਸ਼ ਵਰਗੇ ਮੁਲਕਾਂ ਦੇ ਵਿੱਚੋਂ ਰੋਜ਼ਗਾਰ ਦੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਅ fırsਰ ਤਲਾਸ਼ਣ ਲਈ ਵਿਦੇਸ਼ਾਂ ਵਿੱਚ ਖਾਸ ਕਰ ਯੂਰਪ ਵਿੱਚ ਜਾਣਾ ਚਾਹੁੰਦੇ ਸਨ ਸੋ ਮਾਲਟਾ ਬੋਸਟ ਰੈਚ ਦੀ ਉਹ ਘਟਨਾ ਹੈ ਜੋ ਕਿ ਮਾਲਟਾ ਅਤੇ ਇਟਲੀ ਦੇ ਵਿੱਚ ਜਿਹੜਾ ਸਮੁੰਦਰ ਦਾ ਸਟ੍ਰੈਚ ਹੈ ਕਿਉਂਕਿ ਇਹ ਸਾਰਾ ਮੈਡੀਟੇਰੀਅਨ ਸੀ ਦੇ ਨਾਲ ਪੈਂਦੇ ਮੁਲਕ ਹੈਗੇ ਨੇ ਜਿਸ ਵਿੱਚ ਕੀ ਗ੍ਰੀਸ ਮਾਲਟਾ ਇਟਲੀ ਵਰਗੇ ਮੁਲਕ ਆਂਦੇ ਨੇ ਮਾਲਟਾ ਤੇ ਇਟਲੀ ਦੇ ਵਿੱਚ ਦਾ ਜਿਹੜਾ ਪਾਣੀ ਦਾ ਸਟ੍ਰੈਚ ਹੈ ਮੈਡੀਟੇਰੀਅਨ ਸੀਧਾ ਉਸ ਦੇ ਵਿੱਚ ਇਹ ਹਾਦਸਾ ਹੁੰਦਾ ਹੈ ਯੋਹਾਨ ਨਾਰਾ ਇੱਕ ਬਹੁਤ ਵੱਡਾ ਜਹਾਜ਼ ਸੀ ਜਿਸ ਵਿੱਚ ਕੀ ਸੈਂਕੜਾ ਦੀ ਗਿਣਤੀ ਦੇ ਵਿੱਚ ਨੌਜਵਾਨ ਸਨ ਉਹ ਨੌਜਵਾਨਾਂ ਨੂੰ ਛੋਟੀਆਂ ਬੋਟਸ ਦੇ ਵਿੱਚ ਜਾਂ ਛੋਟੇ ਜਹਾਜ਼ ਦੇ ਵਿੱਚ ਸ਼ਿਫਟ ਕੀਤਾ ਜਾਣਾ ਸੀ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਇਟਲੀ ਲਜਾਇਆ ਜਾਣਾ ਸੀ ਇੱਕ ਮਨੁੱਖੀ ਤਸਕਰੀ ਦਾ ਸਿੱਧਾ ਸਿੱਧਾ ਮਾਮਲਾ ਸੀ ਬਹੁਤ ਸੇ ਐਸੇ ਫਰਜ਼ੀ ਏਜੰਟ ਸਨ ਜਿਨ੍ਹਾਂ ਨੇ ਕਿ ਲੱਖਾਂ ਲੱਖਾਂ ਰੁਪਇਆ ਇਨ੍ਹਾਂ ਨੌਜਵਾਨਾਂ ਤੋਂ ਫੜਿਆ ਹੋਇਆ ਸੀ ਲੈਆ ਹੋਇਆ ਸੀ ਦੋਬੇ ਤੇ ਜ਼ਿਆਦਾਤਰ ਪੰਜਾਬ ਦੇ ਨੌਜਵਾਨ ਸਨ ਇਸ ਤਰ੍ਹਾਂ ਦੀ ਦੇ ਵਿੱਚ ਜਿਸ ਵਿੱਚ ਕਿ ਤਕਰੀਬਨ 299 ਨੌਜਵਾਨ ਮਾਰੇ ਗਏ ਉਹਨਾਂ ਵਿੱਚੋਂ 170 ਭਾਰਤ ਦੇ ਸਨ ਜ਼ਿਆਦਾਤਰ ਜਿਹੜੇ ਸਨ ਉਹ ਪੰਜਾਬੀ ਸਨ ਦੋਬਾ ਇਲਾਕੇ ਦੇ ਸਨ ਜਲੰਧਰ ਫਗਵਾੜਾ ਹੁਸ਼ਿਆਰਪੁਰ ਇਸ ਇਲਾਕੇ ਦੇ ਬਹੁਤ ਸੇ ਐਸੇ ਨੌਜਵਾਨ ਸਨ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਤੱਕ ਨਹੀਂ ਮਿਲੀਆਂ 25 ਦਸੰਬਰ 1996 ਦੀ ਉਹ ਰਾਤ ਸੀ ਹਾਈ ਟਾਈਡ ਉਸ ਵਕਤ ਦੇਖੀ ਜਾ ਰਹੀ ਸੀ ਹਾਲਾਂਕਿ ਯੋਹਾਨ ਜਿਹੜਾ ਜਹਾਜ਼ ਸੀ ਜਿਸ ਵਿੱਚ ਕੀ ਤਕਰੀਬਨ 500 ਦੇ ਆਸ-ਪਾਸ ਨੌਜਵਾਨ ਸਨ ਜਿਨ੍ਹਾਂ ਨੇ ਕਿ ਡੇਰਾ ਪਿਛਲੇ 2 ਮਹੀਨਿਆਂ ਤੋਂ ਲਾ ਰੱਖਿਆ ਸੀ ਇਹ ਦੱਸ ਦਈਏ ਵੀ ਜਾਰਡਨ ਅਮਾਨ ਤੁਰਕੀ ਅਲੈਗਜ਼ੈਂਡਰੀਆ ਹੁੰਦੇ ਹੋਏ ਬਹੁਤ ਸੇ ਐਸੇ ਨੌਜਵਾਨ ਸਨ ਜੋ ਕਿ ਸਾਊਥ ਏਸ਼ੀਅਨ ਕੰਟਰੀਜ਼ ਯਾਨੀ ਕਿ ਦੱਖਣੀ ਏਸ਼ੀਆਈ ਮੁਲਕਾਂ ਭਾਰਤ ਪਾਕਿਸਤਾਨ ਬੰਗਲਾਦੇਸ਼ ਤੇ ਸ਼੍ਰੀਲੰਕਾ ਉਹਨਾਂ ਚੋਂ ਮੁੱਢਲੇ ਤੌਰ ਤੇ ਅਲੱਗ-ਅਲੱਗ ਰੂਟਸ ਤੋਂ ਇਸ ਥਾਂ ਤੇ ਪਹੁੰਚੇ ਸਨ ਉਹਨਾਂ ਨੂੰ ਇਸ ਯੋਹਾਨ ਸ਼ਿਪ ਦੇ ਵਿੱਚ ਲੋਡ ਕੀਤਾ ਗਿਆ ਮਾਲਟਾ ਦਾ ਇਹ ਜਹਾਜ਼ ਸੀ ਮਾਲਟਾ ਤੋਂ ਇਹ ਚੱਲਿਆ ਉਸ ਤੋਂ ਬਾਅਦ ਇਹਨਾਂ ਨੇ ਨਾਲ ਜਿਹੜਾ ਐਗਰੀਮੈਂਟ ਤੇ ਕਰਾਰ ਹੋਇਆ ਸੀ ਇਹ ਲੋਕਾਂ ਨੂੰ ਇਟਲੀ ਦੇ ਵਿੱਚ ਛੱਡਿਆ ਜਾਣਾ ਸੀ ਇਟਲੀ ਉਹ ਥਾਂ ਜਿੱਥੇ ਪਹਿਲੇ ਹੀ ਪੰਜਾਬੀ ਵੱਸੋਂ ਕਾਫੀ ਸੀ ਤੇ ਬਹੁਤ ਸੇ ਨੌਜਵਾਨ ਉਹਨਾਂ ਦਿਨਾਂ ਦੇ ਵਿੱਚ ਜਾਂ ਇਵਨ ਅੱਜ ਦੇ ਤਰੀਕ ਦੇ ਵਿੱਚ ਵੀ ਇਟਲੀ ਜਾ ਕੇ ਉੱਥੇ ਕੁਝ ਕੰਮ ਧੰਦਾ ਕਰਨਾ ਚਾਹੁੰਦੇ ਨੇ ਇੱਕ ਐਸਾ ਡੈਸਟੀਨੇਸ਼ਨ ਹੈ ਜਿੱਥੇ ਕਿ ਮਨੁੱਖੀ ਤਸਕਰੀ ਜਾਂ ਹਿਊਮਨ ਟਰੈਫਿਕਿੰਗ ਦੀ ਪਿਲਫਰੇਜ ਜਿਹੜਾ ਹੈ ਪੁਆਇੰਟ ਹੈ ਉਹ ਬਹੁਤ ਹੀ ਸੌਖਾ ਜਾਂ ਸੁਖਾਲਾ ਸੀ ਤੇ ਇਹੀ ਕਾਰਨ ਸੀ ਵੀ ਇਸ ਰੂਟ ਨੂੰ ਚੁਣਿਆ ਜਾਂਦਾ ਸੀ ਹਾਲਾਂਕਿ ਐਸੇ ਬਹੁਤ ਸੇ ਰੂ ਬਹੁਸੀ ਚੋਰ ਬੋਰੀਆਂ ਸਨ ਜਿਸ ਦੇ ਜ਼ਰੀਏ ਯੂਰਪ ਦੇ ਵਿੱਚ ਮਨੁੱਖੀ ਜਿਹੜੇ ਤਸਕਰ ਸਨ ਉਹਨਾਂ ਨੇ ਨੌਜਵਾਨਾਂ ਨੂੰ ਜਾਂ ਇਸ ਹਿਊਮਨ ਕਾਰਗੋ ਜਿਸ ਨੂੰ ਕਿਹਾ ਜਾਂਦਾ ਸੀ ਉਹਨੂੰ ਪਹੁੰਚਾਇਆ ਜਾਣ ਦੇ ਵੱਖ-ਵੱਖ ਰੂਟਸ ਤਲਾਸ਼ ਰੱਖੇ ਸਨ ਲੇਕਿਨ ਇਹ ਰੂਟ OC ਜਿਸ ਤੋਂ ਵਿੱਚ ਕੀ ਸਮੁੰਦਰੀ ਜਹਾਜ਼ ਦੇ ਰਸਤੇ ਜਾਂ ਸਮੁੰਦਰ ਦੇ ਰਸਤੇ ਮਾਲਟਾ ਤੋਂ ਇਟਲੀ ਤੱਕ ਪਹੁੰਚਣਾ ਸੀ ਲੇਕਿਨ ਮਾਲਟਾ ਤੋਂ ਕੁਝ ਦੂਰ ਦੂਰ ਸਿਸਲੀ ਦੇ ਪਾਣੀ ਦੇ ਵਿੱਚ ਹੀ ਇਹ ਪਾਣਾ ਜਿਹੜਾ ਹੈ ਉਹ ਵਰਤਿਆ ਇਤਰਾਸ ਦੀ ਜਿਹੜੀ ਹੈ ਹੋਈ ਹੋਇਆ ਕੀ ਸੀ ਇਹ ਪੂਰੀ ਤ੍ਰਾਸਦੀ ਕੀ ਸੀ ਇਸ ਦੇ ਉੱਤੇ ਵਿਸਤਾਰ ਨਾਲ ਗੱਲ ਕਰਨ ਦਾ ਮੌਕਾ ਵੀ ਮਿਲੇਗਾ ਤੇ ਇਸ ਪੂਰੇ ਸੰਘਰਸ਼ ਦੀ ਕਹਾਣੀ ਨੂੰ ਜਾਣਾਂਗੇ ਵੀ ਸਾਡੇ ਨਾਲ ਮਾਲਤਾ ਬੋਟ ਟ੍ਰੈਜਡੀ ਪ੍ਰੋਬ ਮਿਸ਼ਨ ਦੇ ਜਿਹੜੇ ਚੇਅਰਮੈਨ ਰਹੇ ਹੈਗੇ ਨੇ ਸਰਦਾਰ ਬਲਵੰਤ ਸਿੰਘ ਖੇੜਾ ਜਿਨ੍ਹਾਂ ਨੂੰ ਅਸੀਂ ਇੱਕ ਵੱਖਰੇ ਸੰਦਰਭ ਦੇ ਵਿੱਚ ਬੀਤੇ ਹਫ਼ਤੇ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ ਜਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਾਲੀ ਦਲ ਦੇ ਸੰਵਿਧਾਨ ਨੂੰ ਲੈ ਕੇ ਕੋਈ ਗੱਲਬਾਤ ਸੀ ਜਿਹੜਾ ਕੀ ਕਲਰਕ ਵੀਡੀਓ ਬਣਾਇਆ ਸੀ ਲੇਕਿਨ ਤੁਹਾਨੂੰ ਦੱਸ ਦਈਏ ਵੀ ਜਨਤਾ ਪਾਰਟੀ ਹੈ ਜਨਤਾ ਦਲ ਦੇ ਉਹ ਲੀਡਰ ਸੀ ਜਨਤਾ ਦਲ ਦੀ ਉਹ ਦਿਨਾਂ ਦੇ ਵਿੱਚ ਸਰਕਾਰ ਸੀ ਤੇ ਬਲਵੰਤ ਸਿੰਘ ਖੇੜਾ ਜਨਤਾ ਦਲ ਦੇ ਆਗੂ ਸਨ ਪੀੜਤਾਂ ਦੇ ਪਰਿਵਾਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਕਿਉਂਕਿ ਸਰਕਾਰਾਂ ਕੁਝ ਹੱਥ ਪੱਲਾ ਫੜਾ ਨਹੀਂ ਰਹੀਆਂ ਸਨ ਏਜੰਸੀਆਂ ਕੁਝ ਦੱਸ ਨਹੀਂ ਰਹੀਆਂ ਸਨ ਸੋ ਬਲਵੰਤ ਸਿੰਘ ਖੇੜਾ ਦੇ ਨਾਲ ਅਸੀਂ ਗੱਲ ਜ਼ਰੂਰ ਕਰਾਂਗੇ ਲੇਕਿਨ ਇਸ ਰਿਪੋਰਟ ਦੇ ਅਗਲੇ ਹਿੱਸੇ ਦੇ ਵਿੱਚ ਉਸ ਤੋਂ ਪਹਿਲਾਂ ਅਸੀਂ 25 ਦਸੰਬਰ 1996 ਦੀ ਪੂਰੀ ਗੱਲਬਾਤ ਤੁਹਾਨੂੰ ਦੱਸ ਦ ਯੋਹਾਨ ਨਾਦਾ ਇਹੋ ਜਹਾਜ਼ ਸੀ ਜਿਸ ਵਿੱਚ ਕੀ ਡੇਰਾ ਪਿਛਲੇ ਤਕਰੀਬਨ 2 ਮਹੀਨੇ ਤੋਂ ਇਹ ਨੌਜਵਾਨਾਂ ਨੇ ਲਾ ਰੱਖਿਆ ਸੀ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਇਸ ਜਹਾਜ਼ ਦਾ ਕੈਪਟਨ ਸੀ ਯੂਸਫ ﺍﻟहलाल ਤਕਰੀਬਨ 40 ਸਾਲ ਦੀ ਉਸ ਦੀ ਉਮਰ ਦੱਸੀ ਜਾਂਦੀ ਹੈ ਇਹਨਾਂ ਦਾ ਮੋਡਸ ਆਪਰੈਂਡ ਆਈ ਏ ਸੀ ਜਾਂ ਇਹਨਾਂ ਦੀ ਪਲੈਨਿੰਗ ਏ ਸੀ ਵੀ ਉਸ ਯੋਹਾਨ ਨਾਦੇ ਵੱਡੇ ਜਹਾਜ਼ ਨੂੰ ਇੱਕ ਪਲੇਟਫਾਰਮ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ ਜਿੱਥੋਂ ਕਿ ਵੱਖ-ਵੱਖ ਰੂਟਸ ਤੇ ਯਾਨੀ ਕਿ ਸਮੁੰਦਰੀ ਰੂਟਸ ਤੋਂ ਨੌਜਵਾਨਾਂ ਨੂੰ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜਾਂ ਅਲੱਗ-ਅਲੱਗ ਰੂਟਸ ਜਾਂ ਪਿਲਫਰੇਜ ਪੁਆਇੰਟਸ ਤੋਂ ਹੋਰ ਮੁਲਕਾਂ ਦੇ ਵਿੱਚ ਵਾਰਤਾ ਜਾਂਦਾ ਸੀ ਜਿਸ ਦੇ ਵਿੱਚ ਕਿ ਇਟਲੀ ਇੱਕ ਪ੍ਰਾਈਮ ਟਾਰਗੇਟ ਹੁੰਦਾ ਸੀ। ਉਸੇ ਤਹਿਤ ਤਿੰਨ ਕਿਸ਼ਤੀਆਂ ਨੇ ਆਣਾ ਸੀ ਜਿਸ ਨੇ ਜਿਨ੍ਹਾਂ ਨੇ ਕਿ ਯੋਹਾਨ ਦੇ ਵਿੱਚ ਜਿਹੜੇ ਸਵਾਰ ਨੌਜਵਾਨ ਸਨ ਜੋ ਕਿ 500 ਦੇ ਇਕ ਤਕਰੀਬ ਦੱਸੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਕਿਸ਼ਤੀਆਂ ਦੇ ਵਿੱਚ ਲੋਡ ਕਰਕੇ ਉਹਨਾਂ ਨੂੰ ਆਪਣੇ ਆਪਣੇ ਡੈਸਟੀਨੇਸ਼ਨ ਤੇ ਛੱਡਣਾ ਸੀ। ਲੇਕਿਨ ਹੋਇਆ ਉਸ ਰਾਤ ਇਹ ਵੀ ਉਹ ਤਿੰਨ ਛੋਟੇ ਜਹਾਜ਼ਾਂ ਜਾਂ ਕਿਸ਼ਤੀਆਂ ਕਹਿ ਲਈਏ ਵੱਡੀਆਂ ਉਹਨਾਂ ਦੀ ਥਾਂ ਤੇ ਸਿਰਫ ਇੱਕ ਹੀ ਛੋਟਾ ਜਿਹਾ ਜਹਾਜ਼ ਸੀ ਜਿਸ ਨੂੰ ਕਿ F174 ਨਾਂ ਦਿੱਤਾ ਗਿਆ ਸੀ। ਇਹ ਇੱਕ ਰਿਟਾਇਰਡ ਵੈਸਲ ਸੀ। ਜੋ ਕਿ ਮਾਲਟਾ ਦਾ ਵੈਸਲ ਸੀ ਮਾਲਟਾ ਦੇ ਨਾਂ ਤੇ ਉਤੇ ਰਜਿਸਟਰਡ ਸੀ ਤੇ ਇਸ ਦਾ ਜਿਹੜਾ ਪਾਇਲਟ ਸੀ ਉਹ ਇੱਕ ਪਾਕਿਸਤਾਨੀ ਸੀ ਉਸ ਦਾ ਨਾਮ ਤੁਰਬ احمد ਸ਼ੇਖ ਸੀ ਇੱਕ ਪਾਕਿਸਤਾਨੀ ਮੂਲ ਦਾ ਸ਼ਖਸ ਜੋ ਕਿ ਮਾਲਟੀਜ਼ ਸਿਟੀਜ਼ਨਸੀ ਉਹਦਾ ਪਾਸਪੋਰਟ ਉਤੇ ਕੋਲ ਸੀ ਸੋ F174 ਇੱਕ ਇੱਕ ਛੋਟਾ ਜਹਾਜ਼ ਆਂਦਾ ਹੈ ਉਹਨਾਂ ਤਿੰਨ ਵੱਡੇ ਜਹਾਜ਼ਾਂ ਦੀ ਥਾਂ ਤੇ ਜਿਨ੍ਹਾਂ ਨੇ ਕਿ ਯੋਹਾਨ ਸ਼ਿਪ ਦੇ ਵਿੱਚੋਂ ਇਹ ਨੌਜਵਾਨਾਂ ਨੂੰ ਲੈ ਕੇ ਜਾਣਾ ਸੀ ਇਸ ਜਹਾਜ਼ ਦੇ ਵਿੱਚ ਇਸ ਛੋਟੀ ਵੈਸਲ ਦੇ ਵਿੱਚ ਜਦੋਂ ਲੋਕ ਟ੍ਰਾਂਸਪੋਰਟ ਕਰਨੇ ਹੁੰਦੇ ਨੇ ਉਹ ਨੌਜਵਾਨ ਜੋ ਕਿ ਬਹੁਤ ਹੀ ਥੱਕ ਚੁੱਕੇ ਸਨ ਬਹੁਤ ਹੀ ਥੱਕ ਚੁੱਕੇ ਸਨ ਉਬ ਚੁੱਕੇ ਸਨ ਇੱਕ ਹਵੜਾ ਦਬੜੀ ਮਾਚਦੀ ਹੈ ਤੇ ਨੌਜਵਾਨ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਇਸ ਵੈਸਲ ਉੱਤੇ ਸਵਾਰ ਹੋ ਜਾਂਦੇ ਨੇ ਲੇਕਿਨ ਹੈਰਾਨੀ ਦੀ ਗੱਲ ਏ ਸੀ ਨਾਤਾ 174 F174 ਵੈਸਲ ਜਿਸ ਦੇ ਵਿੱਚ ਕੀ ਨੌਜਵਾਨ ਟਰਾਂਸਪੋਰਟ ਕੀਤੇ ਜਾ ਰਹੇ ਸਨ ਜਾਂ ਇਹਨਾਂ ਨੂੰ ਲੋਡ ਕੀਤਾ ਜਾ ਰਿਹਾ ਸੀ ਨਾ ਤਾਂ ਉਹਨਾਂ ਦੇ ਕਿਸੇ ਵੀ ਕਰੂ ਨੇ ਇਸ ਚੀਜ਼ ਉੱਤੇ ਇਤਰਾਜ਼ ਉਠਾਇਆ ਵੀ ਕਿੰਨੇ ਨੌਜਵਾਨ ਇਸ ਵੈਸਲ ਦੇ ਵਿੱਚ ਹੈਗੇ ਨੇ ਤੇ ਨਾ ਹੀ ਯੋਹਾਨ ਦਾ ਜਿਹੜਾ ਕੈਪਟਨਸੀ ਉਸਨੇ ਇਸ ਚੀਜ਼ ਉੱਤੇ ਇਤਰਾਜ਼ ਉਠਾਇਆ ਹਲਪ ਇਹ ਹੋ ਗਈ ਵੀ ਤਕਰੀਬਨ 400 ਦੇ ਆਸ-ਪਾਸ ਲੋਕ ਜਿਹੜੇ ਸਨ ਉਹ ਇਸ ਜਹਾਜ਼ ਦੇ ਵਿੱਚ ਖੁੱਦ ਗਏ ਨੌਜਵਾਨ ਪੰਜਾਬੀ ਭਾਰਤੀ ਪਾਕਿਸਤਾਨੀ ਤੇ ਇਸ ਦੇ ਨਾਲ ਹੀ శ్రీలంਕਾ ਜਾਂ ਤਾਮਿਲ ਮੋਲਦੇਵੀ ਬਹੁਤ ਸਾਰੇ ایسے ਨੌਜਵਾਨ ਸਨ ਉਸ ਤੋਂ ਬਾਅਦ ਇਹ ਜਿਹੜਾ ਓਵਰਲੋਡਿੰਗ ਹੋਣ ਦੇ ਕਾਰਨ ਇਹ ਜੋ ਇਸ ਵੈਸਲ ਜਿਹੜੀ ਹੈ ਉਹ ਡੁੱਬਣੀ ਸ਼ੁਰੂ ਹੋ ਗਈ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਤਕਰੀਬਨ ਅੱਧਾ ਘੰਟਾ ਪਾਣੀ ਭਰਦਾ ਰਿਹਾ ਲੇਕਿਨ ਇਸ ਦੌਰਾਨ ਵੀ ਤਮਾਮ ਜਿਹੜੇ ਨੌਜਵਾਨ ਸਨ ਕਿਉਂਕਿ ਬਹੁਤ ਸੇ ਨੌਜਵਾਨ ਇਸ ਵੈਸਲ ਤੋਂ ਯਾਨੀ ਕਿ ਡੁੱਬਦੀ ਹੋਈ ਜਾਂ ਡੁੱਬ ਚੁੱਕੀ ਵੈਸਲ F174 ਚੋਂ ਬਚ ਕੇ ਯੋਹਾਨ ਸ਼ਿਪ ਦੇ ਵਿੱਚ ਵਾਪਸ ਆਉਣ ਦੇ ਵਿੱਚ ਕਾਮਯਾਬ ਹੋਏ ਸਨ ਕਿਉਂਕਿ ਬਹੁਤ ਸਾਰੇ ਐਸੇ ਸੈਂਕੜਾਂ ਦੀ ਗਿਣਤੀ ਵਿੱਚ ਅਜੇ ਵੀ ਨੌਜਵਾਨ ਯੋਹਾਨ ਜਿਹੜਾ ਜਹਾਜ਼ ਸੀ ਉਸ ਦੇ ਉੱਤੇ ਹੀ ਸਨ ਉਹਨਾਂ ਨੇ ਇਹ ਪੂਰਾ ਮੰਜ਼ਰ ਆਪਣੀ ਅੱਖਾਂ ਦੇ ਨਾਲ ਦੇਖਿਆ ਇਸ ਦ੍ਰਾਸਦੇ ਨੂੰ ਵਾਪਰਦਿਆਂ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਕਿਸ ਤਰੀਕੇ ਨਾਲ ਐਫ 174 ਜਿਹੜੀ ਵੈਸਲ ਸੀ ਉਹ ਲਗਾਤਾਰ ਡੁੱਬਦੀ ਜਾ ਰਹੀ ਸੀ ਸ਼ੁਰੂਆਤੀ ਅੱਧੇ ਘੰਟੇ ਤੱਕ ਉਸ ਦਾ ਜਿਹੜਾ ਕ੍ਰੂ ਸੀ ਉਸ ਨੇ ਇਸ ਚੀਜ਼ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਵੀ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਓਵਰਲੋਡਿੰਗ ਉੱਤੇ ਉਹਨੇ ਪਹਿਲਾਂ ਹੀ ਇਤਰਾਜ਼ ਨਹੀਂ ਸੀ ਕੀਤਾ ਜਦੋਂ ਇਸ ਤੋਂ ਬਾਅਦ ਨੌਜਵਾਨਾਂ ਨੇ ਹੋ ਹੱਲਾ ਮਚਾਇਆ ਉਸ ਤੋਂ ਬਾਅਦ ਬਹੁਤ ਸੇ ਨੌਜਵਾਨਾਂ ਨੇ ਪਾਣੀ ਦੇ ਵਿੱਚ ਛਾਲਾਂ ਮਾਰੀਆਂ ਜਾਂ ਯੋਹਾਨ ਸ਼ਿਪ ਤੋਂ ਬਹੁਤ ਸੇ ਨੌਜਵਾਨਾਂ ਨੇ ਰਸੀਆਂ ਚਿਟਕੇ ਜਾਂ ਜੋ ਵੀ ਉਹਨਾਂ ਦੇ ਬਸ ਵਿੱਚ ਆਂਦਾ ਸੀ ਉਸ ਨੂੰ ਸਿੱਟ ਕੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸੇ ਨੌਜਵਾਨਾਂ ਨੂੰ ਬਚਾਏ ਵੀ ਗਿਆ ਤਕਰੀਬਨ 100 ਸਵਾ 100 ਐਸਾ ਨੌਜਵਾਨ ਸੀ ਜੋ ਕਿ ਉਸ ਡੁੱਬਦੀ ਹੋਈ ਵੈਸਲ ਐ 174 ਚੋਂ ਤੇਰ ਕੇ ਵਾਪਸ ਯੋਹਾਨ ਸ਼ਿਪ ਤੱਕ ਪਹੁੰਚਣ ਵਿੱਚ ਕਾਮਯਾਬ ਰਹਾ ਲੇਕਿਨ 290 ਦੇ ਆਸ-ਪਾਸ ਐਸੇ ਨੌਜਵਾਨ ਸਨ ਜੋ ਕਿ ਨਹੀਂ ਬਚ ਪਏ ਕਿਉਂਕਿ ਉਹ ਨੌਜਵਾਨ ਸਨ ਜਿਨ੍ਹਾਂ ਦੀਆਂ ਆਵਾਜ਼ਾਂ ਜਿਨ੍ਹਾਂ ਦੀਆਂ ਚੀਖਾਂ ਜਿਨ੍ਹਾਂ ਦੀ ਚਿਲਾਹਟ ਜਿਹੜੀ ਹੈ ਉਹ ਉਸੇ ਵੈਸਲ ਦੇ ਨਾਲ ਡੁੱਬ ਗਈ ਬਹੁਤ ਠੰਡ ਸੀ ਸਰਦੀ ਦਾ ਉਹ ਸਮਾਂ ਸੀ ਇਹ ਪਾਣੀ ਜਿਹੜਾ ਸੀ ਬਹੁਤ ਜ਼ਿਆਦਾ ਠੰਡਾ ਸੀ ਬਹੁਤ ਹੀ ਜ਼ਿਆਦਾ ਚਿਲਡ ਪਾਣੀ ਸੀ ਉਸ ਤੋਂ ਬਾਅਦ ਇਹ ਲੋਕਾਂ ਦੀਆਂ ਨੌਜਵਾਨਾਂ ਦੀਆਂ ਆਵਾਜ਼ਾਂ ਕਦੇ ਨਹੀਂ ਸੁਣੀਆਂ ਗਈਆਂ ਉਸ ਤੋਂ ਬਾਅਦ ਬਹੁਤ ਹੋ ਹੱਲਾ ਮਚਿਆ ਕਿਉਂਕਿ ਇੱਕ ਹਿਊਮਨ ਤਸਕਰੀ ਦਾ ਮਾਮਲਾ ਸੀ ਮਨੁੱਖੀ ਤਸਕਰੀ ਹਿਊਮਨ ਟ੍ਰਾਫਿਕਿੰਗ ਦਾ ਸਿੱਧਾ ਕੇਸ ਸੀ ਉਸ ਹਾਲਾਤ ਦੇ ਵਿੱਚ ਜਿਹੜਾ ਪਾਇਲਟ ਸੀ ਜਾਂ ਜੋ ਕੈਪਟਨ ਸੀ ਕੈਪਟਨ ਯੂਸਫ ਅਲ ਹਲਾਲ ਜਿਸਨੇ ਕਿ ਨੌਜਵਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਵੀ ਉਹਨੇ ਨੇਵੀ ਨੂੰ ਐਸੇ ਸਿਗਨਲਸ ਦਿੱਤੇ ਨੇ ਮੈਸੇਜ ਦਿੱਤੇ ਨੇ ਵੀ ਇੱਥੇ ਆ ਕੇ ਹੁਣ ਬਚਾਅ ਕਾਰਜ ਸ਼ੁਰੂ ਕੀਤੇ ਜਾਣ ਲੇਕਿਨ ਉਹ ਕੋਰਾ ਝੂਠ ਸੀ ਕਿਉਂਕਿ ਇਹ ਉਹ ਲੋਕ ਸਨ ਜੋ ਕਿ ਹਿਊਮਨ ਟ੍ਰਾਫਿਕਿੰਗ ਕਰ ਰਹੇ ਸਨ ਇਹਨਾਂ ਨੇ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਨੇਵੀ ਆਸ-ਪਾਸ ਲੱਗਦੇ ਜਿਹੜੇ ਵੀ ਵੈਸਲਸ ਉਥੇ ਨੇਵਲ ਵੈਸਲਸ ਤਾਂ ਨਾਟਰਾਏ ਹੋਣੇ ਮੈਡੀਟੇਰੀਅਨ ਸੀ ਦੇ ਵਿੱਚ ਉਹਨਾਂ ਦੇ ਨਾਲ ਕੋਈ ਵੀ ਸੰਪਰਕ ਸਾਧਨ ਦੀ ਨਾ ਤਾਂ ਲੋੜ ਮਹਿਸੂਸ ਕੀਤੀ ਨਾ ਹੀ ਇਹਨਾਂ ਨੇ ਇਹ ਮਹਿਸੂਸ ਕੀਤਾ ਵੀ ਨੌਜਵਾਨਾਂ ਦੀ ਜਾਨ ਬਚਾਈ ਜਾਵੇ ਜਾਂ ਫਿਰ ਜਿਹੜੇ ਲੋਕ ਡੁੱਬ ਚੁੱਕੇ ਸਨ ਉਹਨਾਂ ਦੀ ਲਾਸ਼ਾਂ ਨੂੰ ਲੱਭਿਆ ਜਾਵੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਵੱਡੇ ਪੱਧਰ ਦੀ ਤਰਾਸ ਦੀ ਹੋ ਚੁੱਕੀ ਸੀ ਪਾਣਾ ਵਾਪਰ ਚੁੱਕਾ ਸੀ ਬਹੁਤ ਸੇ ਐਸੇ ਨੌਜਵਾਨ ਜੋ ਕਿ ਯੋਹਾਨ ਜਹਾਜ਼ ਦੇ ਉੱਤੇ ਸਨ ਉਹਨਾਂ ਦੇ ਬਹੁਤ ਸੇ ਰਿਸ਼ਤੇਦਾਰ ਵੀ ਸਨ ਬਹੁਤ ਐਸੇ ਕਜ਼ਨ ਸਨ ਬਹੁਤ ਐਸੇ ਪੈਸਨ ਦੂਰ ਦੇ ਨੇੜੇ ਦੇ ਰਿਸ਼ਤਿਆਂ ਦੇ ਲੋਕ ਜੋ ਕਿ ਉਹਨਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਪਾਣੀ ਦੇ ਵਿੱਚ ਦੇਰ ਰਾਤ ਡੁੱਬਦੇ ਹੋਏ ਵੇਖੇ ਸਨ ਇੱਕ ਐਸੀ ਤਰਸਦੀ ਸੀ ਜਿਸ ਨੂੰ ਬਿਆਨ ਕਰਨਾ ਔਖਾ ਸੀ ਲੇਕਿਨ ਉਸ ਤੋਂ ਤਕਰੀਬਨ 5 ਦਿਨ ਬੀਤ ਜਾਣ ਤੋਂ ਬਾਅਦ ਵੀ ਇਹ ਨੌਜਵਾਨਾਂ ਨੂੰ ਉਸੇ ਮੈਡੀਟੇਰੀਅਨ ਸੀ ਦੇ ਵਿੱਚ ਉਸੇ ਸ਼ਿਪ ਦੇ ਉੱਤੇ ਜਾਂ ਕੁਝ ਹੋਰ ਵੈਸਲਸ ਦੇ ਵਿੱਚ ਰੱਖਿਆ ਗਿਆ ਇਹ ਦੱਸਿਆ ਗਿਆ ਕਿ ਯੋਹਾਨ ਜਿਹੜਾ ਸ਼ਿਪਸੀ ਉਸਨੇ ਕਈ ਵਾਰ ਆਪਣਾ ਝੰਡਾ ਬਦਲਿਆ ਉਸ ਦਾ ਜਿਹੜਾ ਕਰੂਸੀ ਲਗਾਤਾਰ ਉਸ ਜਹਾਜ਼ ਦਾ ਰੰਗ ਜਿਹੜਾ ਸੀ ਉਹਦੀ ਕਲਰਿੰਗ ਸੀ ਉਸ ਨੂੰ ਬਦਲਦਾ ਰਿਹਾ ਕਿਉਂਕਿ ਅਕਸਰ ਮਨੁੱਖੀ ਤਸਕਰੀ ਦੇ ਵਿੱਚ ਇਨਵੋਲ ਜਿਹੜੇ ਵੀ ਸਮੁੰਦਰੀ ਜਹਾਜ਼ ਹੁੰਦੇ ਨੇ ਉਹ ਇਸ ਤਰੀਕੇ ਦੇ ਪੈਂਟੜੇ ਹੱਤਕੰਡੇ ਅਪਣਾਉਂਦੇ ਨੇ ਆਪਣੇ ਰੰਗ ਆਪਣੇ ਝੰਡੇ ਬਦਲਦੇ ਰਹਿੰਦੇ ਨੇ ਤਾਂਕਿ ਉਹਨਾਂ ਦੀ ਜੇ ਭਾਲ ਸ਼ੁਰੂ ਹੋਵੇ ਤਾਂ ਉਹ ਛੇਤੀ ਛੇਤੀ ਆਈਡੈਂਟੀਫਾਈ ਨਾ ਹੋ ਸਕਣ ਤੇ ਇਸ ਵਿੱਚੋਂ ਕਾਮਯਾਬੀ ਰਹੇ ਕਿਉਂਕਿ ਯੋਹਾਨ ਜਿਹੜਾ ਸ਼ਿਪਸੀ ਉਸ ਨੂੰ ਬਹੁਤ ਹੀ ਕਈ ਮਹੀਨਾ ਬਾਅਦ ਜਾ ਕੇ ਟ੍ਰੇਸ ਕਿੰਨਾ ਜਾ ਸਕ ਸਕਿਆ ਤੇ ਐਫ 174 ਵੈਸਲ ਦੇ ਬਾਰੇ ਤਾਂ ਬਹੁਤ ਸਮਾਂ ਜਾਣਕਾਰੀ ਹੀ ਨਹੀਂ ਮਿਲੀ ਕਿ ਇਹ ਵੈਸਲ ਕਿਹੜੀ ਸੀ ਕਿਹੜੇ ਮੁਲਕ ਤੋਂ ਰਜਿਸਟਰਡ ਸੀ ਤੇ ਕੀ ਇਹਦਾ ਕੌਣੇ ਦੇ ਵਾਲੀ ਵਾਰਸ ਸਨ ਸੋ ਇਸ ਤਰੀਕੇ ਦੇ ਇੱਕ ਪੂਰਾ ਮਾਹੌਲ ਸੀ ਜਿਸ ਦੌਰਾਨ ਜਿਹੜੇ ਵੀ ਬਚੇ ਹੋਏ ਨੌਜਵਾਨ ਸਨ ਪੰਜਾਬੀ ਸਨ ਉਹਨਾਂ ਦੇ ਵਿੱਚ ਪਾਕਿਸਤਾਨੀ శ్రీਲੰਕਾਈ ਤਾਮਿਲ ਮੂਲ ਦੇ ਨੌਜਵਾਨ ਵੀ ਸਨ ਉਹ ਬਹੁਤ ਹੀ ਖੌਫ ਦੇ ਵਿੱਚ ਸਨ ਉਹ ਬਹੁਤ ਸ਼ੌਕ ਸਨ ਲੇਕਿਨ ਆਣ ਵਾਲੇ 5 ਦਿਨ ਵੀ ਉਹਨਾਂ ਨੂੰ ਮੈਡੀਟੇਰੀਅਨ ਸੀ ਦੇ ਉੱਤੇ ਹੀ ਤੋਰੀ ਫੇਰੀ ਰੱਖਿਆ ਇਹਨਾਂ ਮਨੁੱਖੀ ਤਸਕਰਾਂ ਨੇ ਕੁਝ ਵੈਸਲਸ ਵੀ ਇਹਨਾਂ ਦੀਆਂ ਚੇਂਜ ਹੋਈਆਂ ਅਖੀਰ ਦੇ ਵਿੱਚ ਇਹਨਾਂ ਨੂੰ ਗਰੀਸ ਦੇ ਇੱਕ ਪੋਰਟ ਦੇ ਉੱਤੇ ਉਤਾਰਤਾ ਗਿਆ ਜਿੱਥੋਂ ਕਿ ਕੁਝ ਗੱਡੀਆਂ ਦੇ ਵਿੱਚ ਲੋਡ ਕਰਕੇ ਇਹਨਾਂ ਨੂੰ ਇੱਕ ਫਾਰਮ ਹਾਊਸ ਜਾਂ ਕਹਿ ਲਈਏ ਇੱਕ ਐਸਾ ਵੇਅਰ ਹਾਊਸ ਸੀ ਜਿੱਥੇ ਲਜਾਇਆ ਗਿਆ ਉਸ ਵੇਅਰ ਹਾਊਸ ਦੇ ਵਿੱਚ ਗੁਨਾਮ ਨੁਮਾ ਇੱਕ ਜੇਲ ਸੀ ਜਿੱਥੇ ਕਿ ਨੌਜਵਾਨਾਂ ਨੂੰ ਬੰਦ ਕਰਤਾ ਗਿਆ ਇਹਨਾਂ ਨੂੰ ਕਿਹਾ ਗਿਆ ਵੀ ਬਹੁਤ ਛੇਤੀ ਹੀ ਇਹਨਾਂ ਨੂੰ ਫੇਰ ਇਕ ਸਮੁੰਦਰੀ ਰੂਟ ਦੇ ਜ਼ਰੀਏ ਇਟਲੀ ਪਹੁੰਚਿਆ ਜਾਏਗਾ ਜਿਸ ਤੋਂ ਬਾਅਦ ਕਿ ਇਹ ਨੌਜਵਾਨ ਹੋਰ ਪਰੇਸ਼ਾਨ ਹੋਏ ਕਿਉਂਕਿ ਹੁਣ ਉਹ ਸਮੁੰਦਰ ਦਾ ਮੂੰਹ ਦੇਖਣਾ ਨਹੀਂ ਚਾਹੁੰਦੇ ਸਨ ਬੀਤੇ ਤਕਰੀਬਨ 2-3 ਮਹੀਨੇ ਤੋਂ ਇਹ ਨੌਜਵਾਨ ਸਮੁੰਦਰ ਦੇ ਵਿੱਚ ਸਨ ਆਪਣੀ ਅੱਖਾਂ ਦੇ ਸਾਹਮਣੇ ਇਹਨਾਂ ਨੇ ਜੋ ਕੁਝ ਦੇਖਿਆ ਇੱਕ ਸਿਕਨਸ ਵੱਖਰੇ ਲੈਵਲ ਦੀ ਸੀ ਲੇਕਿਨ ਜੋ ਕੁਝ ਇੱਕ ਟ੍ਰੈਜੇਡੀ ਜਾਂ ਟਰੋਮਾ ਇਹਨਾਂ ਦੀ ਅੱਖਾਂ ਨੇ ਸਾਹਮਣੇ ਵਾਪਰਿਆ ਸੀ ਉਹ ਨਾ ਬਿਆਨ ਕਰ ਦੇਣ ਵਾਲਾ ਸੀ ਉਸ ਤੋਂ ਬਾਅਦ ਇਹਨ ਲੋਕਾਂ ਦਾ ਜਿਹੜਾ ਹੌਸਲਾ ਸੀ ਹਾਲਾਂਕਿ ਉਹ ਪਸਤ ਜ਼ਰੂਰ ਸੀ ਲੇਕਿਨ ਇਹਨਾਂ ਦੀ ਹਿੰਮਤ ਘਟਨੀ ਹੋਈ ਸੀ ਇਹਨਾਂ ਨੇ ਉੱਥੋਂ ਉਸ ਵੇਰਹਾਊਸ ਦੇ ਵਿੱਚੋਂ ਜਿੰਨੇ ਵੀ ਗਾਰਡਸ ਜਿਹਨਾਂ ਦੀ ਸੁਰੱਖਿਆ ਉੱਤੇ ਲਾਏ ਗਏ ਸਨ ਉਹਨਾਂ ਨੂੰ ਓਵਰਪਾਵਰ ਕੀਤਾ ਉਹਨਾਂ ਨੂੰ ਕੰਟਰੋਲ ਦੇ ਵਿੱਚ ਲਿਆਇਆ ਉਹਨਾਂ ਤੋਂ ਹਥਿਆਰ ਉਹਨਾਂ ਦੇ ਖੋਏ ਉਸ ਵੇਰਹਾਊਸ ਦੇ ਗਾਰਡਸ ਨੂੰ ਓਵਰਪਾਵਰ ਕਰਨ ਤੋਂ ਬਾਅਦ ਸੈਂਕੜਾ ਦੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਪਾਕਿਸਤਾਨੀ ਨੌਜਵਾਨ ਸ੍ਰੀਲੰਕਾਈ ਨੌਜਵਾਨ ਉਸ ਪਿੰਡ ਦੇ ਵਿੱਚ ਪਹੁੰਚ ਗਏ ਗ੍ਰੀਸ ਦੇ ਉਸ ਪਿੰਡ ਵਿੱਚ ਜਿੱਥੇ ਕਿ ਲੋਕ ਦੇਖ ਕੇ ਹੈਰਾਨ ਸਨ ਉਹਨਾਂ ਨੂੰ ਇਬ ਨੌਜਵਾਨਾ ਨੇ ਆਪਣੀ ਹੱਟਬਿੱਤੀ ਸੁਣਾਈ ਇਹ ਤਕਰੀਬਨ 30 ਦਸੰਬਰ 1996 ਦੀ ਗੱਲ ਦੱਸੀ ਜਾਂਦੀ ਹੈ ਸੋ 5 ਦਿਨਾਂ ਬਾਅਦ ਗ੍ਰੀਸ ਪੁਲਿਸ ਨੂੰ ਸਚਿਤਿ ਦੀ ਜਾਣਕਾਰੀ ਮਿਲੀ ਜਿਸ ਨੇ ਕਿ ਇਟਲੀ ਮਾਲਟਾ ਤੇ ਸਿਸਲੀ ਦੇ ਇਲਾਕਿਆਂ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਜਾਣਕਾਰੀਆਂ ਦਿੱਤੀਆਂ ਇਹ ਲੋਕਾਂ ਨੇ ਉੱਥੋਂ ਜਿਹੜੇ ਸਥਾਨਕ ਟੈਲੀਫੋਨ ਦੇ ਜ਼ਰੀਏ ਆਪਣੇ ਰਿਸ਼ਤੇਦਾਰਾਂ ਨੂੰ ਪੰਜਾਬ ਦੇ ਵਿੱਚ ਆਪਣੇ ਆਪਣੇ ਥਾਂ ਘਰਾਂ ਦੇ ਵਿੱਚ ਫੋਨ ਕੀਤੇ ਜਿਸ ਤੋਂ ਬਾਅਦ ਕਿ ਇਸ ਬਹੁਤ ਹੀ ਵੱਡੇ ਪੱਧਰ ਦੀ ਇੱਕ ਤ੍ਰਾਸਦੀ ਦੇ ਬਾਰੇ ਪਤਾ ਲੱਗਿਆ ਇਹ ਦੁਨੀਆ ਦੀ ਬਹੁਤ ਵੱਡੀ ਤ੍ਰਾਸਦੀ ਸੀ ਉਸ ਸਮੇਂ ਦੇ ਵਿੱਚ ਲੇਕਿਨ ਜਿਹੜੀ ਉਸ ਤੋਂ ਵੱਡੀ ਤ੍ਰਾਸਦੀ ਸੀ ਉਹ ਅਜੇ ਹੋਣੀ ਬਾਕੀ ਸੀ ਆਉਣ ਵਾਲੇ 25 ਸਾਲਾਂ ਦੀ ਉਸ ਤ੍ਰਾਸਦੀ ਜਿਸ ਦੀ ਆਪਾਂ ਗੱਲ ਵੀ ਕਰਾਂਗੇ ਤੇ ਬਲਵੰਤ ਸਿੰਘ ਖੇੜਾ ਹੋਣਾ ਤੋਂ ਇਸ ਦੀ ਜਾਣਕਾਰੀ ਵੀ ਲਾਂਗੇ ਆਖਿਰ ਕੀ ਕਾਰਨ ਹੈ ਵੀ 25 ਸਾਲ ਵੀ ਜਾਨ ਤੋਂ ਬਾਅਦ ਹੀ ਇਸ ਮਾਮਲੇ ਦੇ ਵਿੱਚ ਅਜੇ ਤੱਕ ਜਿਹੜਾ ਸੀਬੀਏ ਵੱਲੋਂ ਮਾਮਲਾ ਦਰਜ ਕੀਤਾ ਗਿਆ ਉਹ ਅਜੇ ਵੀ ਪੈਂਡਿੰਗ ਹੈ ਉਸ ਦੇ ਵਿੱਚ ਫੈਸਲਾ ਆਇਆ ਨਹੀਂ ਹੈ ਬਹੁਤ ਸਾਰੇ ਐਜੰਟਸ ਹਨ ਜੋ ਕਿ ਫਗਵਾੜਾ ਜਲੰਧਰ ਹੁਸ਼ਿਆਰਪੁਰ ਇਵਨ ਮੋਹਾਲੀ ਚੰਡੀਗੜ੍ਹ ਇਲਾਕੇ ਦੇ ਸੰਨ ਉਹ ਟ੍ਰੈਵਲ ਏਜੰਟਾਂ ਦੇ ਖਿਲਾਫ ਤਰ ਪਕੜ ਸ਼ੁਰੂ ਹੋਈ ਤਕਰੀਬਨ ਐਸੇ 29 ਟ੍ਰੈਵਲ ਏਜੰਟ ਦੱਸੇ ਜਾਂਦੇ ਨੇ ਜਿਨ੍ਹਾਂ ਨੂੰ ਕਿ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਮਲਜ਼ਮ ਬਣਾਇਆ ਸੀ ਇਹ ਮਾਮਲਾ ਪਹਿਲਾਂ ਸਥਾਨਕ ਪੱਧਰ ਤੇ ਹੀ ਹੈਂਡਲ ਕੀਤਾ ਜਾਣਾ ਸੀ ਲੇਕਿਨ ਇਸ ਮਾਮਲੇ ਦੇ ਵਿੱਚ ਹੋ ਹੱਲਾ ਹੋਇਆ ਕੁਝ ਮਹੀਨਾ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਪ੍ਰੋਬ ਮਿਸ਼ਨ ਬਣ ਗਿਆ ਜਿਸ ਨੂੰ ਕਿ ਮਾਲਟਾ ਬੋਟ ਟ੍ਰੈਜੇਡੀ ਪ੍ਰੋਬ ਮਿਸ਼ਨ ਦੱਸਿਆ ਜਾਂਦਾ ਹੈ ਜਿਸ ਦੀ ਰਹਿਨਮਾਈ ਕੀਤੀ ਬਲਵੰਤ ਸਿੰਘ ਖੇੜਾ ਹੋਣਾ ਨੇ ਉਸ ਤੋਂ ਬਾਅਦ ਇਸ ਮਾਮਲੇ ਦੀ ਸੀਬੀਆਈ ਜਿਹੜੀ ਜਾਂਚ ਸੀ ਉਸ ਦੀ ਮੰਗ ਉੱਠੀ ਕਿਉਂਕਿ ਬੇਸ਼ੱਕ ਇਹ ਬਹੁਤ ਵੱਡਾ ਹਾਦਸਾ ਸੀ ਬਹੁਤ ਵੱਜੀ ਟ੍ਰੈਜੇਡੀ ਸੀ ਇਸ ਨੂੰ ਰਿਪੋਰਟ ਕੀਤਾ ਗਿਆ ਲੇਕਿਨ ਬਹੁਤ ਹੀ ਲੁਕੇ ਛੁਪੇ ਤਰੀਕੇ ਨਾਲ ਇਸ ਦੀ ਰਿਪੋਰਟ ਆਜ ਹੋਈ ਸਭ ਤੋਂ ਵੱਡੀ ਗੱਲ ਇਹ ਸੀ ਜਿਸ ਉੱਤੇ ਕਿ ਮੈਂ ਥੋੜੀ ਦੇਰ ਬਾਅਦ ਵੀ ਚਾਹਾਂਗਾ ਉਹ ਸੀ ਇਟਲੀ ਦੇ ਵਿੱਚ ਜਿਸ ਤਰੀਕੇ ਦਾ ਵਤੀਰਾ ਹੈ ਜਿਸ ਤਰੀਕੇ ਦਾ ਨਾਲ ਇਸ ਪੂਰੀ ਮਨੁੱਖੀ ਤ੍ਰਾਸਦੀ ਨੂੰ ਡੀਲ ਕੀਤਾ ਗਿਆ ਜਿਸ ਬਿਦਰਦੀ ਦੇ ਨਾਲ ਇਟਲੀ ਸਰਕਾਰ ਜਾਂ ਉੱਥੋਂ ਦੀ ਏਜੰਸੀਆਂ ਨੇ ਇਸ ਪੂਰੇ ਹਾਦਸੇ ਨੂੰ ਟ੍ਰੀਟ ਕੀਤਾ ਉਹ ਸਭ ਤੋਂ ਜ਼ਿਆਦਾ ਨਾਪੱਖੀ ਸੀ ਉਹ ਸਭ ਤੋਂ ਜ਼ਿਆਦਾ ਪੰਡਣਯੋਗ ਪੂਰੀ ਕਾਰਵਾਈ ਜਾਂ ਨਿੰਦਣਯੋਗ ਕਾਰਵਾਈ ਸਮਝੀ ਜਾ ਸਕਦੀ ਹੈ ਲੇਕਿਨ ਬੈਕ ਹੋਮ ਪਹਿਲਾਂ ਆਪਾਂ ਇੰਡੀਆ ਦੀ ਗੱਲ ਕਰ ਲੈਂਦੇ ਹਾਂ ਲੇਕਿਨ ਹਿੰਦੁਸਤਾਨ ਦੇ ਵਿੱਚ ਕੀ ਹੋ ਰਿਹਾ ਸੀ ਹਿੰਦੁਸਤਾਨ ਦੇ ਵਿੱਚ ਵੀ ਸਰਕਾਰਾਂ ਦੇ ਕੰਨਾਂ ਉੱਤੇ ਜੂ ਨਹੀਂ ਸੀ ਸਰਕੀ ਮਨੁਖੀ ਤਸਕਰੀ ਦਾ ਮਾਮਲਾ ਜਿਸ ਨੇ ਖਬਰਾਂ ਦੀਆਂ ਸੁਰਖੀਆਂ ਤਾਂ ਬਟੋਲ ਲਈਆਂ ਸਨ ਲੇਕਿਨ ਸਰਕਾਰਾਂ ਨੂੰ ਇਸ ਚੀਜ਼ ਦੀ ਜ਼ਿਆਦਾ ਚਿੰਤਾ ਨਹੀਂ ਸੀ ਕਿਸੇ ਵੀ ਪੱਧਰ ਤੇ ਇਹ ਚੀਜ਼ ਮਹਿਸੂਸ ਨਹੀਂ ਕੀਤੀ ਗਈ ਵੀ ਸਰਕਾਰਾਂ ਇਸ ਪੱਧਰ ਤੇ ਅਫੀਸ਼ੀਅਲ ਲੈਵਲ ਤੇ ਡਿਪਲੋਮੈਟਿਕ ਲੈਵਲ ਤੇ ਗੱਲਾਂ ਬਾਤਾਂ ਨੂੰ ਤੇ ਇਟਲੀ ਸਰਕਾਰ ਉੱਤੇ ਪ੍ਰੈਸ਼ਰ ਪਾਵੇ ਵੀ ਇਸ ਪੂਰੇ ਮਾਮਲੇ ਦੀ ਕੋਕੜ ਪੜਤਾਲ ਕੀਤੀ ਜਾਵੇ ਕਿਉਂਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਜਾਂ ਟਰੈਜੇਡੀ ਇਹ ਸੀ ਵੀ ਜਿਹੜੀਆਂ ਜਿਹੜਾ ਵੈਸਲ ਸੀ F174 ਵੈਸਲ ਜਿਸ ਦੇ ਵਿੱਚ ਕੀ ਨੌਜਵਾਨ ਡੁੱਬੇ ਸਨ ਉਹਨਾਂ ਦੀ ਜਲ ਸਮਾਦੀ ਬਣ ਚੁੱਕੀ ਸੀ ਮੈਡੀਟੇਰੀਨੀਅਨ ਸੀ ਦੇ ਵਿੱਚ ਨਾ ਤਾਂ ਉਹ ਵੈ ਨਾਥਾ ਉਸ ਵੈਸਨ ਨੂੰ ਅਜ ਤੱਕ ਲੱਭਿਆ ਗਿਆ ਹੈ ਤੇ ਨਾ ਹੀ ਉਹ 290 ਦੇ ਆਸ-ਪਾਸ ਲਾਸ਼ਾਂ ਕਦੇ ਲੱਭੀਆਂ ਇੱਕ ਬਹੁਤ ਵੱਡੀ ਗੱਲ ਸੀ ਭਾਰਤ ਸਰਕਾਰ ਨੂੰ ਇਸ ਪ੍ਰਤੀ ਜਿਹੜੀ ਡਿਪਲੋਮੈਟਿਕ ਪ੍ਰੈਸ਼ਰ ਜਾਂ ਜਿਹੜਾ ਜ਼ੋਰ ਦੇ ਦਬਾਅ ਬਣਾਇਆ ਜਾਣਾ ਭਾਰਤ ਸਰਕਾਰ ਵੱਲੋਂ ਬਣਦਾ ਸੀ ਉਹ ਨਹੀਂ ਬਣਾਇਆ ਗਿਆ ਸੋ ਇਸੀ ਕਾਰਨ ਮਾਲਟਾ ਬੋਟ ਟ੍ਰੈਜੇਡੀ ਮਿਸ਼ਨ ਦੀ ਜਿਹੜੀ ਹੈ ਸ਼ੁਰੂਆਤ ਹੋਈ ਹਾਲਾਂਕਿ ਉਸਨੇ ਆਪਣੇ ਪੱਧਰ ਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁ ਸਾਰੀ ਅਸੀ ਵਿਦੇਸ਼ੀ ਫੇਰੇ ਵੀ ਲਾਈਆਂ ਇਟਲੀ ਦੇ ਵਿੱਚ ਮਾਲਟਾ ਦੇ ਵਿੱਚ ਗ੍ਰੀਸ ਦੇ ਵਿੱਚ ਇਹ ਲੋਕ ਗਏ ਤੁਰਕੀ ਦੇ ਵਿੱਚ ਇਹ ਲੋਕ ਗਏ ਜਿੱਥੇ ਕਿ ਜਾ ਜਾ ਕੇ ਇਹਨਾਂ ਨੇ ਉਹ ਸਾਰੀ ਥਾਵਾਂ ਦੀ ਜਾਣਕਾਰੀ ਲਈ ਮੁੰਡੇ ਕਿਹੜੇ ਕਿਹੜੇ ਰੂਟਸ ਤੋਂ ਉੱਥੇ ਪਹੁੰਚੇ ਕਿਹੜੇ ਕਿਹੜੇ ਜਹਾਜ਼ ਸਨ ਇਹ ਸਾਰੀ ਜਾਣਕਾਰੀ ਇਹ ਵੇਰਵਾ ਉੱਥੋਂ ਦੇ ਸਥਾਨਕ ਲੋਕਾਂ ਵਸਨੀਕਾਂ ਉਸ ਪਿੰਡ ਦੇ ਲੋਕਾਂ ਦੇ ਨਾਲ ਤੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਕੇ ਇਹ ਲੋਕਾਂ ਨੇ ਬਹੁਤ ਵੇਰਵਾ ਇਕੱਠਾ ਕੀਤਾ ਬਹੁਤ ਹੀ ਜਿਹੜੀ ਜਾਂਚ ਹੈ ਉਹਨਾਂ ਨੂੰ ਆਪਣੇ ਪੱਧਰ ਤੇ ਕੀਤਾ ਲੇਕਿਨ ਇਹ ਇੱਕ ਪ੍ਰਾਈਵੇਟ ਮਿਸ਼ਨ ਸੀ ਪ੍ਰਾਈਵੇਟ ਜਾਂਚ ਸੀ ਜਿਹੜੇ ਪਰਿਵਾਰ ਸਨ ਜੋ ਕਿ ਪੀੜਤਾਂ ਦੇ ਪਰਿਵਾਰ ਸਨ ਜਿਨ੍ਹਾਂ ਦੇ ਜੀ ਮਾਰੇ ਗਏ ਸਨ ਉਹਨਾਂ ਨੇ ਪੈਸਾ ਇਕੱਠਾ ਕਰਕੇ ਇਸ ਮਾਲਟਾ ਬੋਟ ਜੋ ਟ੍ਰੈਜੇਡੀ ਮਿਸ਼ਨ ਸੀ ਉਸ ਨੂੰ ਫੰਡ ਕੀਤਾ ਸੀ ਸੋ ਇੱਕ ਨਿੱਜੀ ਪੱਧਰ ਉੱਤੇ ਇਹ ਪੂਰੀ ਜਿਹੜੀ ਜਾਂਚ ਹੈ ਪ੍ਰੋਬ ਹੈ ਉਸ ਨੂੰ ਜਾ ਕੇ ਵਕਫ ਅਕਬਰ 35 ਜਨੇਵਾ ਲੈਵਲ ਤੇ ਯੂਰੋਪੀਅਨ ਯੂਨੀਅਨ ਤੇ ਲੈਵਲ ਤੇ ਵੀ ਇਸ ਨੂੰ ਟੇਕ ਅਪ ਕੀਤਾ ਗਿਆ ਮਾਲਟਾ ਬੋਟ ਟ੍ਰੈਜੇਡੀ ਪ੍ਰੋਬ ਮਿਸ਼ਨ ਦੀਆਂ ਕੋਸ਼ਿਸ਼ਾਂ ਬਹੁਤ ਹੋਈਆਂ ਲੇਕਿਨ ਇਹ ਇੱਕ ਪ੍ਰਾਈਵੇਟ ਮਿਸ਼ਨ ਸੀ ਪ੍ਰਾਈਵੇਟਲੀ ਫੰਡਡ ਮਿਸ਼ਨ ਸੀ ਪਾਰਾ ਸਰਕਾਰ ਦਾ ਜਿਹੜਾ ਜਿਹੜਾ ਯੋਗਦਾਨ ਸੀ ਆparat ਸਰਕਾਰ ਦੀ ਕੰਟ੍ਰਿਬਿਊਸ਼ਨ ਇਸ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆ ਰਹੀ ਸੀ ਸੂਬਾ ਸਰਕਾਰਾਂ ਦਾ ਵੀ ਇਹੀ ਹਾਲ ਸੀ ਉਪਚਾਰਿਕਤਾ ਦੇ ਨਾਂ ਤੇ 50-50 ਹਜ਼ਾਰ ਰੁਪਏ ਦਾ ਜਿਹੜਾ ਮੁਆਵਜ਼ਾ ਹੈ ਤਤਕਾਲੀ ਸਰਕਾਰਾਂ ਵੱਲੋਂ ਅਨਾਉਂਸ ਕੀਤਾ ਗਿਆ ਜਿਨ੍ਹਾਂ ਨੂੰ ਕੀ ਜਿਹੜੇ ਮ੍ਰਿਤਕ ਸਨ ਜਾਂ ਜਿਹੜੇ ਲੋਕ ਡੁੱਬ ਗਏ ਸਨ ਜਿਨ੍ਹਾਂ ਦਾ ਪਤਾ ਵੀ ਨਹੀਂ ਸੀ ਕਿ ਉਹ ਡੁੱਬੇ ਹਨ ਜਿਉਂਦੇ ਨੇ ਜਾਂ ਮਰ ਚੁੱਕੇ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਨੇ ਲੈਣ ਤੋਂ ਇਨਕਾਰ ਕਰਤਾ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਜ਼ਿਕਰ ਕਰ ਚੁੱਕਾ ਹਾਂ 290 ਲੋਕਾਂ ਦੀਆਂ ਲਾਸ਼ਾਂ ਨਹੀਂ ਮਿਲਿਆ ਸਨ ਉਹ ਕਿਸ਼ਤੀ ਜਾਂ ਵੱਡਾ ਵੈਸਲ ਐਫ 174 ਨਹੀਂ ਮਿਲਿਆ ਸੀ ਸੋ ਉਹ ਹਾਲਾਤਾਂ ਦੇ ਵਿੱਚ ਪਰਿਵਾਰਾਂ ਦੇ ਜਿਹੜੇ ਜੀ ਸੀ ਉਹਨਾਂ ਦੀ ਜਿਹੜੀ ਤਰਾਸਦੀ ਸੀ ਉਹ ਨਾ ਭੁੱਲਣ ਯੋਗ ਹੈ ਤੇ ਉਸ ਦਾ ਜ਼ਿਕਰ ਅਸੀਂ ਬਲਵੰਤ ਸਿੰਘ ਖਹਿਰਾ ਹੋਣਾ ਨਾਲ ਵੀ ਕਰਾਂਗੇ ਜੋ ਕਿ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਗੱਲਬਾਤ ਦੇ ਵਿੱਚ ਮੌਜੂਦ ਰਹਿਣਗੇ ਲੇਕਿਨ ਇਸ ਦੌਰਾਨ ਇਹ ਤੁਹਾਨੂੰ ਦੱਸ ਦਈਏ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਇਟਲੀ ਸਰਕਾਰ ਦੀ ਭੂਮਿਕਾ ਸੀ ਉਹ ਸਵਾਲਾਂ ਦੇ ਕੇਰੇ ਦੇ ਵਿੱਚ ਰਹੀ ਕਿਉਂਕਿ ਇਟਲੀ ਸਰਕਾਰ ਨੇ ਇਸ ਪੂਰੀ ਵੱਡੀ ਮਨੁੱਖੀ ਤਰਾਸਦੀ ਨੂੰ ਇੱਕ ਟ੍ਰੈਜੇਡੀ ਦੇ ਮੰਤੋਂ ਨਹੀਂ ਸੀ ਲਿਆ ਕਿਉਂਕਿ ਮੰਦੇ ਨਹੀਂ ਸਨ ਫਾਈਨਲੀ ਜਿਹੜੇ ਲੋਗ ਰਿਪੋਰਟ ਹੋਏ ਜਿਹੜਾ ਵੇਅਰ ਹਾਊਸ ਜਿੱਥੇ ਇਹਨਾਂ ਨੂੰ ਛੱਡਿਆ ਗਿਆ ਸੀ ਉਹ ਗ੍ਰੀਸ ਦੇ ਵਿੱਚ ਪੈਂਦਾ ਸੀ ਸੋ ਉਹ ਇੱਕ ਵੱਖਰਾ ਲੈਂਡ ਸੀ ਇਹ ਜਿਹੜੀ ਕਿਸ਼ਤੀ ਤੁਰੀ ਸੀ ਉਹ ਮਾਲਟਾ ਤੋਂ ਤੁਰੀ ਸੀ ਸੋ ਮਾਲਟਾ ਤੋਂ ਗ੍ਰੀਸ ਦੇ ਵਿੱਚ ਦੇ ਪਾਣਿਆਂ ਦੇ ਵਿੱਚ ਇੱਕ ਐਸਾ ਹਾਸਾ ਜਿੱਥੇ ਕਿ ਲੋਗ ਇਟਲੀ ਬਾਉਂਡ ਸਨ ਇਟਲੀ ਇੱਕ ਬਹੁਤ ਪਾਵਰਫੁੱਲ ਮੁਲਕ ਹੈ ਉੱਥੋਂ ਦੀ ਸਰਕਾਰ ਹੈ ਉੱਥੋਂ ਦੀ ਏਜੰਸੀਆਂ ਇਸ ਲਈ ਪਰ ਪਾਕਿਸਤਾਨ ਇਸ ਲਈ ਇੰਨੀਆਂ ਤਿਆਰ ਸਨ ਕਿ ਉਸ ਜੇ ਜਾਂਚ ਪੜਤਾਲ ਨੂੰ ਚਾਹੁੰਦੀਆਂ ਤਾਂ ਕਰਵਾ ਸਕਦੇ ਸਨ ਲੇਕਿਨ ਇਟਲੀ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਜ਼ਿਆਦਾ ਇੰਟਰਸਟ ਜਾਂ ਦਿਲਚਸਪੀ ਇਹ ਤਕਰੀਬਨ ਉਹੋ ਜਿਹਾ ਮਾਮਲਾ ਹੁੰਦਾ ਜਿਵੇਂ ਕਿ ਇੱਕ লাশ ਤੈਰਦੀ ਆ ਰਹੀ ਹੈ ਤੇ ਇੱਕ ਥਾਣੇ ਦਾ ਜਿਹੜਾ ਉੱਥੇ ਪੁਲਿਸ ਵਾਲੇ ਖੜੇ ਹੁੰਦੇ ਨੇ ਉਹ ਤੱਕਾ ਮਾਰ ਕੇ লাশ ਨੂੰ ਅੱਗੇ ਲੰਘ ਦਿੰਦੇ ਨੇ ਵੀ ਸਾਡਾ ਜ਼ਿਲ੍ਹਾ ਨਹੀਂ ਇਹ ਤਾਂ ਅਗਲੇ ਜ਼ਿਲ੍ਹੇ ਦੀ ਪੁਲਿਸ ਦਾ ਕੰਮ ਹੋਏਗਾ ਸੋ ਇਸੇ ਤਰੀਕੇ ਦਾ ਕੁਝ ਬਤੀਰਾ ਇਟਲੀ ਸਰਕਾਰ ਦਾ ਸੀ ਤੇ ਇਟਲੀ ਸਰਕਾਰ ਦੀ ਇਹ ਜਿਹੜੀ ਬੇਦਰਦੀ ਸੀ ਇਹ ਇਸ ਗੱਲ ਤੋਂ ਜ਼ਰੂਰ ਚਲਕਦੀ ਹੈ ਕਿਉਂਕਿ ਇਸ 1996 ਦੀ ਘਟਨਾ ਤੋਂ ਬਾਅਦ ਤਕਰੀਬਨ 17 ਸਾਲ ਬਾਅਦ 2013 ਦੇ ਵਿੱਚ ਇੱਕ ਹੋਰ ਘਟਨਾ ਹੋਈ ਜਦੋਂ ਕਿ ਲੀਬੀਆ ਤੇ ਸਿਰਿਆ ਤੋਂ ਬਹੁਤ ਸੇ ਐਸੇ ਮਾਈਗ੍ਰੈਂਟ ਸਨ 400 ਕਰੀਬਨ ਐਸੇ ਮਾਈਗ੍ਰੈਂਟ ਸਨ ਜੋ ਕਿ ਇੱਕ ਜਹਾਜ਼ ਵਿੱਚ ਆ ਰਹੇ ਸਨ ਉਹਨਾਂ ਦਾ ਜਹਾਜ਼ ਇੱਕ ਬੋਟ ਵੱਲੋਂ ਹਿੱਟ ਕੀਤਾ ਗਿਆ ਜਿਸ ਤੋਂ ਬਾਅਦ ਕਿ ਉਹ ਜਹਾਜ਼ ਡੁੱਬਣਾ ਸ਼ੁਰੂ ਹੋਇਆ ਦੁਪਹਿਰੇ ਤਕਰੀਬਨ 1 ਵਜੇ ਦੇ ਆਸ-ਪਾਸ ਉਹਨਾਂ ਨੇ ਡਿਸਟਰੈਸ ਸਿਗਨਲ ਜਿਹੜੇ ਸਨ ਉਹ ਇਟਲੀ ਸਰਕਾਰ ਨੂੰ ਭੇਜਨੇ ਸ਼ੁਰੂ ਕੀਤੇ ਇਟਲੀ ਦਾ ਇੱਕ ਐਸਾ ਨੇਵਲ ਸ਼ਿਪ ਸੀ ਜੋ ਕਿ ਬਿਲਕੁਲ ਨੇੜੇ ਉਸ ਪੂਰੀ ਤਰਾਸਦੀ ਦੇ ਖੜਾ ਸੀ ਤਕਰੀਬਨ ਅੱਧੇ ਘੰਟੇ ਦਾ ਉਸ ਤੋਂ ਫਾਸਲਾ ਸੀ ਲੇਕਿਨ ਇਟਲੀ ਦੀ ਸਰਕਾਰ ਨੇ ਇਸ ਪੂਰੇ ਮਾਮਲੇ ਨੂੰ ਮਾਲਟਾ ਤੇ ਪਾਤਾ ਯਾਨੀ ਕਿ ਜਿਹੜੇ ਲੋਕ ਉਸ ਡੁੱਬਦੇ ਹੋਏ ਜਹਾਜ਼ ਦੇ ਇਹ ਘਟਨਾ 2013 ਦੀ ਹੈ ਮਾਮਲਾ ਵੱਖਰਾ ਹੈ ਮੈਂ 10 ਦਮਾ ਮਾਲਟਾ ਬੋਟ ਟ੍ਰੈਜੇਡੀ ਨਾਲ ਜੁੜਿਆ ਹੋਇਆ ਨਹੀਂ ਹੈ ਲੇਕਿਨ ਬਿਲਕੁਲ ਮਾਲਟਾ ਬੋਟ ਟ੍ਰੈਜੇਡੀ ਵਰਗਾ ਹੀ ਹੈ ਕਿਉਂਕਿ ਇਸ ਹਾਲਾਤ ਦੇ ਵਿੱਚ ਲੋਕਾਂ ਨੇ ਟੈਲੀਫੋਨ ਕੀਤੇ ਡਿਸਟ੍ਰੈਸ ਸਿਗਨਲ ਭੇਜੇ ਉਸ ਚੀਜ਼ ਨੂੰ ਐਕਨੋਲਜ ਵੀ ਕੀਤਾ ਗਿਆ ਇਟਲੀ ਦੇ ਮੈਰੀਟਾਈਮ ਵਿਭਾਗ ਵੱਲੋਂ ਲੇਕਿਨ ਉਹਨਾਂ ਨੇ ਮਾਲਟਾ ਦੇ ਵਿੱਚ ਫੋਨ ਕਰਨ ਨੂੰ ਕਿਹਾ ਮਾਲਟਾ ਇੱਕ ਬਹੁਤ ਛੋਟਾ ਮੁਲਕ ਹੈ ਜਿਸ ਦੀ ਕੀ ਸੰਸਾਧਨ ਵੀ ਲਿਮਿਟਿਡ ਸਨ ਮਾਲਟਾ ਦੀ ਜੀ ਟੀਮ ਜਿਹੜੀ ਹੈ ਇਹ ਇੱਕ ਉਹਨਾਂ ਦਾ ਜਿਹੜਾ ਜਹਾਜ਼ ਸੀ ਉਹ ਬਚਾਅ ਕਾਰਜ ਲਈ ਪਹੁੰਚਿਆ ਵੀ ਉਸ ਜਹਾਜ਼ ਕੋਲ ਲੇਕਿਨ ਉਸ ਤੋਂ ਪਹਿਲਾਂ ਹੀ ਉਹ ਜਹਾਜ਼ ਡੁੱਬ ਚੁੱਕਾ ਸੀ ਜਿਸ ਤੋਂ ਬਾਅਦ ਕਿ ਮਾਲਟਾ ਸਰਕਾਰ ਨੇ ਦੁਬਾਰਾ ਇਟਲੀ ਸਰਕਾਰ ਨੂੰ ਰਿਕੁਐਸਟ ਕੀਤੀ ਤੇ ਉਹੀ ਜਿਹੜਾ ਨੇਵਲ ਸ਼ਿਪ ਸੀ ਉਹ ਵਾਪਸ ਆਇਆ ਤੇ ਉਸਨੇ ਆ ਕੇ ਉੱਥੇ ਬਚਾਅ ਕਾਰਜ ਕੀਤੇ ਲੇਕਿਨ ਉਸ ਦੌਰਾਨ ਇਹ ਜਿਹੜਾ ਸ਼ਿਪ ਸੀ ਉਹ ਕਾਫੀ ਹੱਦ ਤੱਕ ਡੁੱਬ ਚੁੱਕਾ ਸੀ 200 ਐਸੇ ਮਾਈਗ੍ਰੈਂਟਸ ਹਨ ਜੋ ਕਿ 2013 ਦੇ ਵਿੱਚ ਮਾਰੇ ਗਏ ਇਸ ਪੂਰੇ ਮਾਮਲੇ ਦੀ ਜਿਹੜੀ ਪੜਤਾਲ ਹੋਈ ਤੇ ਜਨਵਰੀ ਯਾਨੀ ਕਿ ਇਸ ਸਾਲ ਜਨਵਰੀ 2021 ਦੇ ਵਿੱਚ ਯੂਨਾਈਟਿਡ ਕਮਿਸ਼ਨ ਫਾਰ ਹਿਊਮਨ ਰਾਈਟਸ ਦਾ ਇਹ ਫੈਸਲਾ ਆਇਆ ਹੈ ਉਸ ਦੀ ਕਮੇਟੀ ਨੇ ਇਟਲੀ ਸਰਕਾਰ ਨੂੰ ਦੋਸ਼ੀ ਮੰਨਿਆ ਹੈ ਯਾਨੀ ਕਿ ਇਟਲੀ ਸਰਕਾਰ ਨੂੰ ਉਸ ਵੱਡੀ ਤ੍ਰਾਸ ਦੀ ਲਈ ਦੋਸ਼ੀ ਮੰਨਿਆ ਗਿਆ ਹੈ ਜਿਸ ਦੇ ਤਹਿਤ ਕਿ ਉਹਨਾਂ ਨੇ तकरीबन ਉਸ ਮੌਕੇ ਤੱਕ ਜਾਂ ਜਿੱਥੇ ਐਡੀ ਵੱਡੇ ਲੈਵਲ ਦੀ ਮਨੁੱਖੀ ਤ੍ਰਾਸ ਦੀ ਹੋ ਰਹੀ ਸੀ ਹੋਣ ਜਾ ਰਹੀ ਸੀ ਜਿਸ ਦੀ ਸੂਚਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਦਿੱਤੀ ਗਈ ਜਾਂ ਉਹਨਾਂ ਨੇ ਉਸ ਨੂੰ ਇਗਨੋਰ ਕੀਤਾ ਉੱਥੇ ਪਹੁੰਚਣ ਵਿੱਚ तकरीबन 5 ਘੰਟੇ ਦੀ ਦੇਰੀ ਕੀਤੀ ਬਾਅਦ ਵਿੱਚ ਮਾਲਟਾ ਦੀ ਵੈਸਲ ਦੇ ਪਹੁੰਚਣ ਤੋਂ ਬਾਅਦ ਉਹਨਾਂ ਦੀ ਸਰਕਾਰ ਦੇ ਤਰਖਾਸ ਉੱਤੇ ਰਿਕੁਐਸਟ ਉੱਤੇ ਇਟਲੀ ਨੇ ਉਹੀ ਜਹਾਜ਼ ਨੂੰ ਭੇਜਿਆ ਜਦ ਤੱਕ ਬਹੁਤ ਸੇ ਲੋਕ ਡੁੱਬ ਚੁੱਕੇ ਸਨ ਸੋ ਇਟਲੀ ਸਰਕਾਰ ਦਾ ਇੱਕ ਬਹੁਤ ਨਾ ਪੱਕੀ ਵਤੀਰਾ ਸੀ ਲੇਕਿਨ ਇਸ ਤੋਂ ਜ਼ਿਆਦਾ ਵੱਡੀ ਜਿਹੜੀ ਘਟਨਾ ਸੀ ਕਿਉਂਕਿ ਸਰਕਾਰ ਦਾ ਹੈ ਵਤੀਰਾ ਸੀ ਤਾਂ ਉੱਥੋਂ ਦੀ ਜਿਹੜੀ ਮੀਡੀਆ ਸੀ ਉਸਨੇ ਵੀ ਇਸ ਪੂਰੇ ਕੇਸ ਨੂੰ ਉਸ ਤਰੀਕੇ ਨਾਲ ਰਿਪੋਰਟ ਨਹੀਂ ਕੀਤਾ ਬਹੁਤ ਸਾ ਐਸਾ ਸਮਾਂ ਰਿਹਾ ਕਈ ਹਫ਼ਤੇ ਤੇ ਕਈ ਮਹੀਨੇ ਜਦ ਤੱਕ ਕਿ ਇਟਲੀ ਦਾ ਜਿਹੜਾ ਮੇਨਸਟ੍ਰੀਮ ਮੀਡੀਆ ਸੀ ਜਾਂ ਉੱਥੋਂ ਜਿਹੜੀ ਗ੍ਰੀਸ ਵਰਗੇ ਮੁਲਕਾਂ ਦੇ ਵੀ ਜਿਹੜਾ ਮੇਨਸਟ੍ਰੀਮ ਮੀਡੀਆ ਸੀ ਹਾਲਾਂਕਿ ਗ੍ਰੀਸ ਦੇ ਵਿੱਚ ਰਿਪੋਰਟਿੰਗ ਕਾਫੀ ਬੈਟਰ ਲੈਵਲ ਤੇ ਹੋ ਚੁੱਕੀ ਸੀ ਲੇਕਿਨ ਇਟਲੀ ਦੇ ਮੀਡੀਆ ਨੇ ਇਸ ਪੂਰੇ ਮਾਮਲੇ ਨੂੰ ਦਬਾ ਕੇ ਉੱਪਰ ਆਇਆ ਤੇ ਐਨੀ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਹਨ ਅਕਤੂਬਰ 2001 ਦੇ ਵਿੱਚ ਇਹ ਮਾਮਲਾ ਪਹਿਲੀ ਵਾਰ ਖੋਲ ਕੇ ਰਿਪੋਰਟ ਹੋਇਆ ਜਦੋਂ ਕਿ ਸਿਸਲੀ ਦੇ ਪਾਣੀਆਂ ਦੇ ਵਿੱਚ ਮੱਛੀਆਂ ਫੜਨ ਵਾਲੇ مشਵਾਰੇ ਜਿਸ ਦਾ ਨਾਮ ਸਲਵਾਟਰ ਲੂਪੋਸੀ ਉਸਨੇ ਪਹਿਲੀ ਵਾਰ ਇੱਕ ਫੋਨ ਕੀਤਾ ਲਾ ਰਿਪਬਲਿਕਾ ਇਟਲੀ ਦੇ ਇੱਕ ਬਹੁਤ ਮਨਿਆ ਪਰਮਨਿਆ ਅਖਬਾਰ ਸੀ ਉਸਦੇ ਪੱਤਰਕਾਰ ਯੂਵਾਨੋ ਬੈਲੂਨੋ ਫੋਨ ਕੀਤਾ ਗਿਆ ਜਿਸ ਵਿੱਚ ਉਸਨੇ ਦੱਸਿਆ ਕਿ ਜਨਵਰੀ 1997 ਦੇ ਵਿੱਚ ਯਾਨੀ ਕਿ ਦਸੰਬਰ 1996 ਦੇ ਵਿੱਚ ਮਾਲਟਾ ਬੋਟ ਟ੍ਰੈਜੇਡੀ ਹੁੰਦੀ ਹੈ ਤੇ ਜਨਵਰੀ 1997 ਦੇ ਵਿੱਚ ਮੱਛੀਆਂ ਫੜਦੇ ਸਮੇਂ ਬਹੁਤ ਸਾਰੇ ਐਸੇ مشਵਾਰੇ ਸਨ ਜਿਸ ਦੇ ਵਿੱਚ ਉਹ ਖੁਦ ਸ਼ਾਮਲ ਸੀ ਉਸਨੇ ਉਸਦੇ ਜਾਲ ਦੇ ਵਿੱਚ ਇੱਕ ਐਸੀ ਲਾਸ਼ ਵੀ ਆਈ ਤੇ ਇੱਕ ਐਸਾ ਆਈ ਕਾਰਡ ਵੀ ਆਇਆ ਇਹ ਆਈ ਕਾਰਡ ਜਿਹੜਾ ਸੀ ਉਹ ਇੱਕ ਤਾਮਿਲਨਾਡੂ ਦਾ ਨੌਜਵਾਨ ਸੀ ਯਾਨੀ ਕਿ ਉਹੀ ਇੱਕ ਨੌਜਵਾਨ ਜੋ ਕਿ ਸ਼੍ਰੀਲੰਕਾ ਤੇ ਤਾਮਿਲ ਦੇ ਬਹੁਤ ਸਾਰੇ ਐਸੇ ਤਾਮਿਲਨਾਡੂ ਦੇ ਮੁੰਡੇ ਸਨ ਜੋ ਕਿ ਉਸ ਮਾਲਟਾ ਬੋਟ ਟ੍ਰੈਜੇਡੀ ਦੇ ਵਿੱਚ ਮਾਰੇ ਗਏ ਜਾਂ ਡੁੱਬ ਗਏ ਉਸ ਦਾ ਆਈ ਕਾਰਡ ਸੀ ਸੋ ਪਹਿਲੀ ਵਾਰ ਉਹ ਜਿਹੜੀ ਪਛਾਣ ਸੀ ਉਸ ਤਾਮਿਲ ਨੌਜਵਾਨ ਦੀ ਉਹ ਸਾਹਮਣੇ ਆਈ ਸੀ ਤੇ ਇਸ ਮਸ਼ਵਾਰੇ ਨੇ ਜਿਸ ਦਾ ਨਾਂ ਕੀ ਸਵਟਾਰ ਲੂਪੋਸੀ ਇਸ ਨੇ ਇਟਲੀ ਦੇ ਅਖਬਾਰ ਨੂੰ ਇਹ ਇੰਟਰਵਿਊ ਦਿੱਤਾ ਤੇ ਉਸ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਕਿ ਇਟਲੀ ਦੀ ਪ੍ਰੈਸ ਨੇ ਇਸ ਚੀਜ਼ ਨੂੰ ਬੜੇ ਵੱਡੇ ਪੱਧਰ ਤੇ ਛਾਪਿਆ ਇਸ ਤੋਂ ਬਾਅਦ ਜਿਹੜੇ ਪੱਤਰਕਾਰ ਸਨ ਯੁਵਾਨੀ ਇਹਨਾਂ ਨੇ ਬਹੁਤ ਹੀ ਛਲਾਗਾਯੋਕ ਕੰਮ ਕੀਤਾ ਇਹਨਾਂ ਨੇ ਆਪਣੇ ਪੱਧਰ ਉੱਤੇ ਆਪਣੇ ਖਰਚਾ ਕਰਕੇ ਜਾਂ ਆਪਣੇ ਫੰਡਸ ਜੁਟਾ ਕੇ ਇੱਕ ਜਿਹੜਾ ਅੰਡਰਵਾਟਰ ਸਰਵੇਲੈਂਸ ਲਈ ਵਰਤੇ ਜਾਂਦੇ ਹੈਗੇ ਨੇ ਕੈਮਰਾਸ ਹੁੰਦੇ ਹੈਗੇ ਨੇ ਜੋ ਕਿ ਪਾਣੀ ਦੇ ਵਿੱਚ ਜਾ ਕੇ ਖੋਜ ਪੜਤਾਲ ਕਰਦੇ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਉਸ ਥਾਂ ਤੇ ਜਾਂ ਉਸ ਜਗ੍ਹਾ ਤੇ ਜਿੱਥੇ ਕਿ ਇਸ ਮਸ਼ਵਾਰੇ ਨੇ ਉਹਨਾਂ ਲਾਸ਼ਾਂ ਦੇ ਮਿਲਣ ਦੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਸੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਇੱਥੇ ਮੈਂ ਜ਼ਿਕਰ ਕਰਨਾ ਕਲੀਅਰ ਕਰਨਾ ਕਿ ਜਿਹੜੇ ਮਸ਼ਵਾਰੇ ਸਨ ਉਹਨਾਂ ਦਿਨਾਂ ਦੇ ਵਿੱਚ ਲਾਸ਼ਾਂ ਨੂੰ ਬਹੁਤ ਸੀਆਂ ਸੀਆਂ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਸਨ ਜੋ ਕਿ ਉਹਨਾਂ ਦੇ ਹੱਥ ਵਿੱਚ ਆਈਆਂ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਜਿਵੇਂ ਉਹਨਾਂ ਨੂੰ ਲਾਸ਼ਾਂ ਮਿਲੀਆਂ ਉਹਨਾਂ ਦੇ ਜਾਲ ਵਿੱਚ ਫਸੀਆਂ ਉਸ ਤੋਂ ਬਾਅਦ ਉਹ ਲਾਸ਼ਾਂ ਨੂੰ ਵਾਪਸ ਸਿੱਟਦਾ ਸਮੁੰਦਰ ਦੇ ਵਿੱਚ ਸਿੱਟਦਾ ਕਿਉਂਕਿ ਨਾ ਤਾਂ ਕੋਈ ਉਹ ਕਾਨੂੰਨੀ ਪਛੜੇ ਵਿੱਚ ਪੈਣਾ ਚਾਹੁੰਦੇ ਸਨ ਨਾ ਹੀ ਇਸ ਮਾਮਲੇ ਦੇ ਵਿੱਚ ਕੋਈ ਵਾਲੀ ਵਾਰਸ ਜਾਂ ਉਹਨਾਂ ਨੂੰ ਉਹਨਾਂ ਦੀ ਮਦਦ ਜਾਂ امداد ਕਰਨ ਵਾਲਾ ਸੀ ਸੋ ਉਹ ਹਾਲਾਤਾਂ ਦੇ ਵਿੱਚ ਇਹਨਾਂ ਮਛਵਾਰਿਆਂ ਨੇ ਇਹ ਜ਼ਰੂਰੀ ਨਹੀਂ ਸਮਝਿਆ ਵੀ ਇਹਨਾਂ ਲਾਸ਼ਾਂ ਨੂੰ ਪੁਲਿਸ ਨੂੰ ਰਿਪੋਰਟ ਕੀਤਾ ਜਾਏ ਤੇ ਉਹਨਾਂ ਨੇ ਲਾਸ਼ਾਂ ਨੂੰ ਵਾਪਸ ਸਮੁੰਦਰ ਦੇ ਵਿੱਚ ਸਿੱਟਤਾ ਇਹ ਜਨਵਰੀ 1997 ਦੀ ਘਟਨਾ ਹੈ ਜੋ ਕਿ ਜਿਸ ਦੀ ਰਿਪੋਰਟਿੰਗ ਪਹਿਲੀ ਵਾਰ 2001 ਤੋਂ ਬਾਅਦ ਆਈ ਸੋ ਇਹਦਾ ਮਤਲਬ ਇਹ ਸੀ ਜੋਵਾਨੀ ਜਿਹੜੇ ਲਾ ਰਿਪਬਲਿਕਾ ਦੇ ਪੱਤਰਕਾਰ ਸਨ ਉਹਨਾਂ ਨੇ ਆਪਣੇ ਲੈਵਲ ਤੇ ਅੰਡਰਗਰਾਉਂਡ ਜਾਂ ਜਿਹੜੇ ਸਮੁੰਦਰ ਦੇ ਵਿੱਚ ਜਾਣ ਵਾਲੇ ਕੈਮਰੇਜ ਦੀ ਮਦਦ ਦੇ ਨਾਲ ਉਸ ਵੈਸਲ ਯਾਨੀ ਕਿ F174 ਵੈਸਲ ਨੂੰ ਲੱਭਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਸ ਨੂੰ ਬਕਾਇਦਾ ਉਹਨਾਂ ਨੇ ਰਿਪੋਰਟ ਕੀਤਾ ਹਾਲਾਂਕਿ ਇਸ ਪੂਰੀ ਰਿਪੋਰਟੇਜ ਤੋਂ ਬਾਅਦ ਇਹ ਰਿਪੋਰਟੇਜ ਤੋਂ ਬਾਅਦ ਵੀ ਉੱਥੋਂ ਦੀ ਜਿਹੜੀਆਂ ਸਰਕਾਰਾਂ ਸਨ ਉਹਨਾਂ ਨੇ ਕੋਈ ਵੀ ਪ੍ਰੋਐਕਟਿਵ ਜਿਹੜਾ ਕੰਮ ਸੀ ਜਾਂ ਇਸ ਵੈਸਲ ਨੂੰ ਰਿਟਰੀਵ ਕਰਨ ਦਾ ਉਹ ਕੰਮ ਨਹੀਂ ਕੀਤਾ ਕਿਉਂਕਿ ਮਾਮਲਾ ਪੂਰਾ ਵਾਦਾ ਵਾਦਾ ਡਿਸਕਵਰੀ ਚੈਨਲ ਤੱਕ ਪਹੁੰਚਿਆ ਤੇ ਡਿਸਕਵਰੀ ਚੈਨਲ ਨੇ ਉਸ ਤੋਂ ਕੁਝ ਹਫ਼ਤੇ ਲੇਕਿਨ ਜਦੋਂ ਉਸ ਸਪੌਟ ਤੇ ਉਹ ਟੀਮਾਂ ਪਹੁੰਚੀਆਂ ਤੇ ਬਾਅਦ ਵਿੱਚ ਉਹਨਾਂ ਨੇ ਇਸ ਚੀਜ਼ ਦੀ ਕੋਸ਼ਿਸ਼ ਕਰਨੀ ਚਾਹੀ ਤਾਂ ਉਹ F174 ਵੈਸਲ ਉਹਨਾਂ ਨੂੰ ਨਹੀਂ ਮਿਲ ਸਕਿਆ ਸੋ ਇੱਕ ਬਹੁਤ ਵੱਡੀ ਮਿਸਟਰੀ ਬਣ ਕੇ ਰਹਿ ਗਿਆ ਵੀ ਇਹ F174 ਵੈਸਲ ਆਖਰ ਗਿਆ ਕਿੱਥੇ ਉਹ ਪਾਣੀਆਂ ਦੇ ਵਿੱਚ ਯਾਨੀ ਕਿ ਮਾਲਟਾ ਤੇ ਇਟਲੀ ਦੇ ਵਿੱਚ ਦਾ ਉਹ ਮੈਡੀਟਰੇਨੀਅਨ ਸੀ ਦਾ ਉਹ ਸਟ੍ਰੈਚ ਜਿੱਥੇ ਕਿ ਸਰਕਾਰਾਂ ਜਾਂ ਉੱਥੋਂ ਦੀਆਂ ਸਥਾਨਕ ਸਰਕਾਰਾਂ ਲਗਾਤਾਰ ਇਸ ਚੀਜ਼ ਤੋਂ ਬਿਲਕੁਲ ਮੁਨਕਰ ਹੁੰਦੀਆਂ ਨਜ਼ਰ ਆ ਰਹੀਆਂ ਸਨ ਵੀ ਉਹਨਾਂ ਦਾ ਇਸ ਤਰਾਸਦੀ ਦੇ ਨਾਲ ਕੋਈ ਲੈਣਾ ਦੇਣਾ ਹੈ ਜਾਂ ਉਹ ਇਸ ਚੀਜ਼ ਨੂੰ ਐਕਨੋਲਜ ਵੀ ਨਹੀਂ ਕਰਨਾ ਚਾਹੁੰਦੀਆਂ ਸਨ ਵੀ ਤਰਾਸਦੀ ਇੱਡੇ ਵੱਡੇ ਪੱਦਰ ਦੀ ਇੱਡੇ ਵੱਡੇ ਸਕੇਲ ਦੀ ਹੈ ਇਹ ਨੌਜਵਾਨ ਜਿਹੜੇ ਗ੍ਰੀਸ ਦੇ ਉਸ ਪਿੰਡ ਜਾਂ ਉਸ ਵੇਅਰ ਹਾਊਸ ਦੇ ਵਿੱਚ ਉਤਰੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਸਨ ਇਹਨਾਂ ਨੇ ਘਰੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਉੱਥੋਂ ਦੇ ਸਥਾਨਕ ਅਧਿਕਾਰੀਆਂ ਨੂੰ ਫੋਨ ਕੀਤਾ ਹੈ ਗ੍ਰੀਸ ਸਰਕਾਰ ਨੇ ਜੋ ਇਟਲੀ ਨੂੰ ਦੱਸਿਆ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸਨ ਵੀ ਇਹ ਲੋਕ ਸਹੀ ਜਾਣਕਾਰੀ ਦੇ ਰਹੇ ਨੇ ਸਰਕਾਰਾਂ ਇਹ ਕਹਿ ਰਹੀਆਂ ਸਨ ਇਟਲੀ ਦੀ ਸਰਕਾਰ ਇਹ ਮੰਨ ਰਹੀ ਸੀ ਕਿ ਇਹ ਲੋਕ ਟਰੋਮਾ ਦੇ ਵਿੱਚ ਹੋ ਸਕਦੇ ਨੇ ਜਾਂ ਇਹ ਲੋਕ ਐਸੀ ਮਨਕੜਨ ਜਾਣਕਾਰੀ ਦੇ ਰਹੇ ਨੇ ਜਾਂ ਗੱਲ ਨੂੰ ਪਦਾ ਚੜਾ ਕੇ ਦੱਸ ਰਹੇ ਨੇ ਇਹਨਾਂ ਨੂੰ ਅੰਦਾਜ਼ਾ ਨਹੀਂ ਹੈ ਜ਼ਿਆਦਾਤਰ ਲੋਕ ਬਚਾਏ ਜਾ ਚੁੱਕੇ ਨੇ ਪਰ ਸਰਕਾਰ ਦੇ ਪੱਧਰੋਂ ਵੀ ਅਸੀਂ ਕੋਈ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਤੇ ਉਹ ਜਿਹੜਾ ਬਣਦਾ ਡਿਪਲੋਮੈਟਿਕ ਰਾਸੀ ਦਾ ਵਾਸਿ ਉਹ ਨਹੀਂ ਬਣਾਇਆ ਗਿਆ ਕਿਉਂਕਿ ਇਹਨਾਂ ਨੂੰ ਡੌਂਕੀਆਂ ਮੰਨ ਕੇ ਚੱਲਿਆ ਜਾ ਰਿਹਾ ਸੀ ਜਿਵੇਂ ਡੌਂਕੀਆਂ ਨਾਲ ਦਿਨਾਂ 'ਚ ਜਾਂ ਹਮੇਸ਼ਾ ਮਾਰੀਆਂ ਜਾਂਦੀਆਂ ਹੁੰਦੀਆਂ ਸਨ ਮਨੁੱਖੀ ਤਸਕਰਾਂ ਵੱਲੋਂ ਨੌਜਵਾਨਾਂ ਨੂੰ ਯੂਰਪ ਤੇ ਹੋਰ ਬਹੁਤ ਸਾਰੇ ਐਸੇ ਮੁਲਕਾਂ ਦੇ ਵਿੱਚ ਪਹੁੰਚਾਏ ਜਾਣ ਪੱਖੋਂ ਵੱਖ-ਵੱਖ ਰੂਟ ਚੁਣੇ ਜਾਂਦੇ ਸਨ ਤੇ ਬਹੁਤ ਹੀ ਜ਼ਾਂਦਾ ਜੋਖਮ ਲੈ ਕੇ ਇਹ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਇਹ ਲੋਕ ਅਲੱਗ-ਅਲੱਗ ਰੂਟਸ ਤੋਂ ਲੁਕੇ-ਛੁਪੇ ਤਰੀਕੇ ਨਾਲ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਪਹੁੰਚਾ ਕਰਦੇ ਸਨ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਜਿਹੜੀਆਂ ਡੌਂਕੀਆਂ ਮਾਰਨ ਦਾ ਸਿਲਸਿਲਾ ਸੀ ਉਸ ਨੂੰ ਸਰਕਾਰਾਂ ਵੀ ਕੋਈ ਸਹੀ ਤਰੀਕੇ ਨਾਲ ਲੈਂਦੀਆਂ ਨਹੀਂ ਸਨ ਕਿਉਂਕਿ ਇਹ ਲੋਕ ਅਵੈਧ ਤਰੀਕੇ ਨਾਲ ਜਾ ਰਹੇ ਸਨ ਸੋ ਸਰਕਾਰਾਂ ਨੇ ਇਹਨਾਂ ਬਾਰੇ ਇਹਨਾਂ ਦੀ ਸਾਰ ਲੈਣ ਦੀ ਕੋਈ ਜ਼ਰੂਰਤ ਵੀ ਨਹੀਂ ਸਮਝੀ ਇਹ ਇੱਕ ਆਪਣਾ ਵਿਵਾਦ ਦਾ ਵਿਸ਼ਾ ਬਾਅਦ ਦੇ ਵਿੱਚ ਬੇਸ਼ੱਕ ਇੱਕ ਸੀਬ ਇਨਕੁਆਇਰੀ ਹੋਈ ਤੇ ਉਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ 29 ਲੋਕ ਜਿਹੜੇ ਸਨ ਨਾਮਜ਼ਦ ਹੋਏ 29 ਟਰੈਵਲ ਏਜੰਟਸ ਜਿਨ੍ਹਾਂ ਚੋਂ ਤਕਰੀਬਨ ਖਲੜੇ ਪੱਦਰ ਦੀਆਂ ਅਦਾਲਤਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਕੇਸ ਕੀਤੇ ਮੁਕਦਮੇ ਖਿੱਚਤੇ ਬਹੁਤ ਸਾਰੇ ਟ੍ਰੈਵਲ ਏਜੰਟ ਐਸੇ ਸਨ ਜਿਨ੍ਹਾਂ ਨੇ ਕੀ ਜਿਹੜੇ ਪੀੜਤ ਪਰਿਵਾਰ ਸਨ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਖਿਲਾਫ ਜਿਹੜੇ ਮਾਮਲੇ ਸਨ ਉਹਨਾਂ ਨੂੰ ਕਿਸੇ ਤਰੀਕੇ ਨਾਲ ਰਫਾ ਦਫਾ ਕਰਾਇਆ ਜਾਂ ਸ਼ਾਂਤ ਕਰਵਾਇਆ ਮੁਆਵਜ਼ੇ ਦੀ ਸੂਰਤ ਦੇ ਵਿੱਚ ਇਸ ਮਾਮਲੇ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਲੇਕਿਨ ਅੱਜ ਤਕਰੀਬਨ 25 ਸਾਲ ਹੋ ਚੁੱਕੇ ਨੇ ਸੀਬੀਆਈ ਵੱਲੋਂ ਜਿਹੜੀ ਜਾਂਚ ਕੀਤੀ ਗਈ ਸੀ ਉਸਦੇ ਚਾਰਜਸ ਫਰੇਮਿੰਗ ਦੀ ਸਥਿਤੀ ਸੀ ਯਾਨੀ ਕਿ ਉਹਦੇ ਜਿਹੜੇ ਆਰੋਪ ਤੈ ਹੋਣੇ ਸਨ ਉਹਨੇ ਪੋਜੀਸ਼ਨ ਇਹ ਸੀ ਵੀ 2009 ਦੇ ਵਿੱਚ ਆਰੋਪ ਤੈ ਹੁੰਦੇ ਹੁੰਦੇ ਰਹਿ ਗਏ ਤੇ ਬਾਅਦ ਦੇ ਵਿੱਚ 2015 16 ਆਂਦਿਆਂ ਆਂਦਿਆਂ ਕਿਤੇ ਉਹ ਚਾਰਜਸ ਜਾ ਕੇ ਫਰੇਮ ਹੋ ਪਾਏ ਮੁਕਦਮੇਬਾਜ਼ੀ ਟ੍ਰਾਇਲ ਹਜੇ ਵੀ ਜਾਰੀ ਹੈ ਤੇ ਇਸ ਬਾਰੇ ਅਸੀਂ ਅਗਲੇ ਹਿੱਸੇ ਦੇ ਵਿੱਚ ਬਲਵੰਤ ਸਿੰਘ ਖੇੜਾ ਸਾਹਿਬ ਤੋਂ ਵੀ ਪੁੱਛਿਆ ਤੇ ਉਹ ਕਹਿੰਦੇ ਵੀ ਮੈਨੂੰ ਵੀ ਇਹਦੇ ਬਾਰੇ ਫਿਲਹਾਲ ਹੁਣ ਜਾਣਕਾਰੀ ਨਹੀਂ ਹੈ ਉਮਰ ਉਹਨਾਂ ਦੀ ਕਾਫੀ ਹੋ ਚੁੱਕੀ ਹੈ ਬਜ਼ੁਰਗ ਕਾਫੀ ਹੋ ਚੁੱਕੇ ਨੇ ਸੋ ਇਹ ਇੱਕ ਬਹੁਤ ਵੱਡੀ ਤਰਾਸਦੀ ਸੀ ਜਿਸ ਦੇ ਵਿੱਚ ਕਿਟਲੀ ਸਰਕਾਰ ਦੀ ਅਣਗਹਿਲੀ ਸੀ ਭਾਰਤ ਸਰਕਾਰ ਦੀ ਕਮੀ ਸੀ ਤੇ ਬਹੁਤ ਸਮਾਂ ਤੱਕ ਪੱਤਰਕਾਰਾਂ ਨੇ ਜਿਹੜਾ ਆਪਣਾ ਕੰਮ ਕੀਤਾ ਕੀਤਾ ਲੇਕਿਨ ਇਹ ਲੋਕਾਂ ਦੀ ਤਰਾਸਦੀ ਨੂੰ ਬਿਆਨ ਕਰਨ ਦੇਣ ਵਾਲਾ ਵੀ ਕੋਈ ਨਹੀਂ ਸੀ ਬੇਸ਼ੱਕ ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਪੰਜਾਬ ਦੇ ਵਿੱਚ ਪੂਰਾ ਮਾਮਲਾ ਬਣ ਚੁੱਕਾ ਸੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉੱਠ ਚੁੱਕਿਆ ਸੀ ਲੇਕਿਨ ਸਰਕਾਰਾਂ ਨੇ ਉਹਨਾਂ ਬਣਦਾ ਜਿਹੜਾ ਯੋਗਦ ਮਾਲਟਾ ਬੋਟ ਟ੍ਰੈਜੇਡੀ ਮਿਸ਼ਨ ਵਰਗੀ ਜਥੇਬੰਦੀਆਂ ਸਨ ਜਿਨ੍ਹਾਂ ਨੇ ਅੱਗੇ ਵਧ ਕੇ ਇਸ ਪੂਰੇ ਮਾਮਲੇ ਦੇ ਵਿੱਚ ਕੋਕ ਕੀਤੀ ਪੜਤਾਲ ਕੀਤੀ ਤੇ ਆਪਣੇ ਪੱਧਰ ਤੇ ਆਪਣੇ ਸੰਸਾਧਨ ਦੀ ਵਰਤੋਂ ਕਰਦੇ ਹੋਏ ਜੋ ਕੁਝ ਵੀ ਉਹਨਾਂ ਤੋਂ ਬਣ ਪਾਇਆ ਉਹਨਾਂ ਨੇ ਕੀਤਾ ਸੋ ਇਹ ਪੂਰੀ ਕਹਾਣੀ ਸੀ ਇਹ ਪੂਰੀ ਉਸ ਤ੍ਰਾਸਦੀ ਦੀ ਕਹਾਣੀ ਸੀ ਜੋ ਕਿ ਅੱਜ ਵੀ ਉਲੀ ਨਹੀਂ ਜਾਣੀ ਚਾਹੀਦੀ ਕਿਉਂਕਿ ਮੈਂ 2013 ਦੀ ਇੱਕ ਹੋਰ ਕਟਨਾ ਦੱਸਤੀ ਇਟਲੀ ਸਰਕਾਰ ਦੀ ਅਣਗਹਿਲੀ ਦੱਸਤੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਬਹੁਤ ਹੀ ਸਖਸ਼ ਸ਼ਬਦਾਂ ਦੇ ਵਿੱਚ ਇਨਕੁਆਇਰੀ ਰਿਪੋਰਟਲੀ ਸਰਕਾਰ ਦੇ ਖਿਲਾਫ ਆਈ ਹੈ ਤੇ ਉਸਨੇ ਇਟਲੀ ਸਰਕਾਰ ਦੇ ਇਸ ਵਤੀਰੇ ਨੂੰ ਜੋ ਕਿ ਉਹ ਪਹਿਲਾਂ 1996 ਦੇ ਵਿੱਚ ਉਹਨਾਂ ਨੇ ਮਾਲਟਾ ਵੋਟ ਟ੍ਰੈਜਰੀ ਦੇ ਸੰਦਰਭ ਵਿੱਚ ਦਿਖਾਇਆ ਤੇ ਬਾਅਦ ਦੇ ਵਿੱਚ ਆ ਜਿਹੜੀ ਇੱਕ ਹੋਰ ਘਟਨਾ ਹੋਈ ਸੀ ਜਿਸ ਵਿੱਚ 200 ਲੋਕ ਮਰ ਗਏ 2013 ਦੇ ਵਿੱਚ ਇਸ ਕਿਸਮ ਦੇ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਇਸ ਲਈ ਬੇਸ਼ੱਕ ਯੂਰੋਪੀਅਨ ਯੂਨੀਅਨ ਦੇ ਲੈਵਲ ਤੇ ਬਹੁਤ ਕੁਝ ਕੀਤੇ ਜਾਂਦੇ ਦਾਅਵੇ ਤਾਂ ਕੀਤੇ ਗਏ ਲੇਕਿਨ 2013 ਦੀ ਘਟਨਾ ਇੱਕ ਗਵਾਹੀ ਭਰਦੀ ਹੈ ਕਿ 1996 ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ ਸਨ ਸਰਕਾਰਾਂ ਦਾ ਵਤੀਰਾ ਹਜੇ ਵੀ ਹੈਵੀ ਜੇ ਮਨੁੱਖੀ ਤਸਕਰੀ ਦਾ ਕੋਈ ਮਾਮਲਾ ਹੋਵੇ ਤਾਂ ਸਰਕਾਰਾਂ ਅਣਮਨੁੱਖੀ ਬਣ ਜਾਂਦੀਆਂ ਨੇ ਜੋ ਕਿ ਇਟਲੀ ਸਰਕਾਰ ਨੇ ਕੀਤਾ ਜਾਂ ਬਹੁਤ ਸਿਆ ਹੋਰ ਆਸ-ਪਾਸ ਦੇ ਦੇਸ਼ਾਂ ਦੀ ਸਰਕਾਰਾਂ ਨੇ ਕੀਤਾ ਇਹ ਨੌਜਵਾਨਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਸੀ ਇਹਨਾਂ ਨੂੰ ਆਪਣੇ ਹਾਲਾਤ ਤੇ ਛੱਡਤਾ ਗਿਆ ਇਹਨਾਂ ਦੇ ਪਰਿਵਾਰ ਇਹਨਾਂ ਦੇ ਜੀ ਅੱਜ ਤੱਕ ਇਹਨਾਂ ਦੀਆਂ ਜਾਣਕਾਰੀਆਂ ਲੈਣ ਤੋਂ ਤਰਸਦੇ ਨੇ ਬੇਸ਼ੱਕ ਹੁਣ ਉਹਨਾਂ ਦੇ ਜਿਉਂਦੇ ਰਹਿਣ ਦੀ ਕੋਈ ਵੀ ਆਸ ਨਹੀਂ ਹੈ ਕਿਉਂਕਿ ਐਨੇ ਸਾਲਾਂ ਦੇ ਵਿੱਚ ਕੋਈ ਵੀ ਫੋਨ ਕਾਲ ਕਿਤੋਂ ਵੀ ਇਹ ਲੋਕਾਂ ਨੂੰ ਨਹੀਂ ਮਿਲਿਆ ਹੈ ਤੇ ਇਸ ਹਲਾਤ ਦੇ ਵਿੱਚ ਉਹਨਾਂ ਮਛਵਾਰਾਂ ਦੇ ਬਿਆਨ ਜਿਨ੍ਹਾਂ ਨੇ ਕਿ ਉਹਨਾਂ ਲਾਸ਼ਾਂ ਨੂੰ ਆਪਣੇ ਹੱਥਾਂ ਨਾਲ ਰਿਕਵਰ ਕੀਤਾ ਤੇ ਵਾਪਸ ਸਮੁੰਦਰ ਵਿੱਚ ਸੁੱਟਦਾ ਉਹ ਆਈ ਕਾਰਡ ਦਾ ਮਿਲਣਾ ਉਸ ਪੂਰੀ 44 ਗੱਲਬਾਤ ਦੀ ਗੱਲ ਹੋਣੀ ਇਹ ਵੀ ਦੱਸ ਦੇਵੇ ਮਾਲਟਾ ਬੋਟ ਟਰਾਜੇਡੀ ਦੇ ਉੱਤੇ ਭਾਰਤ ਦੇ ਵਿੱਚ ਇੱਕ ਫਿਲਮ ਬਣ ਚੁੱਕੀ ਹੈ ਕਾਫਲਾ ਇਟਲੀ ਦੇ ਵਿੱਚ ਇੱਕ ਫੇਮਸ ਪਲੇ ਰਾਈਟ ਹੈਗੇ ਨੇ ਐਕਟਰ ਡਾਇਰੈਕਟਰ ਤੇ ਨਾਟਕਕਾਰ ਹੈਗੇ ਨੇ ਰੈਨਾਟੋ ਸਾਰਤੀ ਉਹਨਾਂ ਨੇ ਇਸ ਉੱਤੇ ਇੱਕ ਬਹੁਤ ਉਮਦਾ ਪਲੇ ਬਣਾਇਆ ਸੀ ਤੇ ਉਹਨਾਂ ਨੇ ਇਸ ਪੂਰੀ ਤ੍ਰਾਸਦੀ ਨੂੰ ਬਿਆਨ ਵੀ ਕੀਤਾ ਤੇ ਆਪਣੀ ਸਰਕਾਰਾਂ ਦਾ ਵਤੀਰਾ ਇਸ ਕਿਸਮ ਦੀ ਮਨੁੱਖੀ ਤ੍ਰਾਸਦੀਆਂ ਆ ਦੇ ਦੇ ਸਾਹਮਣੇ ਸਰਕਾਰਾਂ ਦਾ ਅਣਮਨੁੱਖੀ ਜਿਹੜਾ ਵਰਤੀ ਰਸੀ ਉਸ ਨੂੰ ਖੂਬ ਉਜਾਗਰ ਕੀਤਾ ਸੋ ਇਟਲੀ ਦੇ ਵਿੱਚ ਇਸ ਤਰੀਕੇ ਤੇ ਪਲੇ ਬਣੇ ਬਾਅਦ ਦੇ ਵਿੱਚ ਇਸ ਕਿਸਮ ਦੀਆਂ ਕਿਤਾਬਾਂ ਵੀ ਪੱਤਰਕਾਰਾਂ ਵੱਲੋਂ ਲਿਖੀਆਂ ਗਈਆਂ ਭਾਰਤ ਦੇ ਵਿੱਚ ਕਾਫਲਾ ਨਾਰਿਕ ਫਿਲਮ ਬਣੀ ਇੱਕ ਪੂਰੀ ਤ੍ਰਾਸਦੀ ਹੋਈ ਲੇਕਿਨ ਲੈ ਦੇਖੇ ਜੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਪੱਖੋਂ ਦੇਖਿਆ ਜਾਵੇ ਤਾਂ ਉਹ ਟ੍ਰੈਵਲ ਏਜੰਟ ਬਚਦੇ ਨੇ ਜਿਨ੍ਹਾਂ ਦੇ ਖਿਲਾਫ ਅੱਜ ਵੀ ਮੁਕਦਮੇ ਹੈਗੇ ਨੇ ਕੁਝ ਜੇਲ੍ਹਾਂ ਦੇ ਵਿੱਚ ਸਨ ਜਿਨ੍ਹਾਂ ਨੂੰ ਜਮਾਨਤਾਂ ਮਿਲ ਚੁੱਕੀਆਂ ਨੇ ਲੇਕਿਨ ਮੁਕਦਮੇ ਬਾਜੀ ਹੋ ਰਹੀ ਹੈ ਕੈਪਟਨ ਜਿਹੜਾ ਸੀ ਯੋਹਾਨ ਦਾ ਯੂਸਫ ﺍﻟहलाल ਉਹ ਬਾਅਦ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਲੇਕਿਨ ਬਾਅਦ ਦੇ ਵਿੱਚ ਉਸ ਨੂੰ ਬੇਲ ਦਿੱਤੀ ਗਈ ਬੇਲ ਤੋਂ ਬਾਅਦ ਉਹ ਯੂਸਫ ਹਲਾਲ ਗਾਇਬ ਹੋ ਗਿਆ ਤੇ ਅਪੇਰੈਂਟਲੀ ਜਿੰਨੀ ਖਜੇ ਤੱਕ ਜਾਣਕਾਰੀ ਹੈ ਉਸ ਨੂੰ ਇਸ ਮਾਮਲੇ ਦੇ ਵਿੱਚ ਉ ਗਾਇਬ ਹੈ ਪਗੋੜਾ ਹੈ ਤੇ ਉਸ ਨੂੰ ਸਜ਼ਾ ਨਹੀਂ ਹੋ ਪਾਈ ਇੱਕ ਹੋਰ ਜਿਹੜਾ ਪਾਕਿਸਤਾਨੀ ਉਹ ਵੈਸਲ ਦਾ ਜਿਹੜਾ ਕੈਪਟਨ ਸੀ ਪਾਇਲਟ ਸੀ ਉਸ ਨੂੰ ਜਿਹੜੀ ਸਜ਼ਾ ਹੋ ਪਾਈ ਹੈ ਤਰੁਬ احمد شیخ ਇਹ واحد ایسا ਆਦਮੀ ਹੈ ਜੋ ਕਿ ਪਾਕਿਸਤਾਨੀ ਮੂਲ ਦਾ ਨਾਗਰਿਕ ਹੈ ਲੇਕਿਨ ਮਾਲਟਾ ਦਾ ਵਸਨੀਕ ਹੈ ਉਸ ਨੂੰ ਇਸ ਮਾਮਲੇ ਦੇ ਵਿੱਚ ਉਥੋਂ ਦੀ ਮਾਲਟਾ ਦੀ ਸਰਕਾਰ ਨੇ ਨਾਮਜ਼ਦ ਕਰਕੇ ਇਸ ਤੇ ਕਿਹ ਚੁਲਾਇਟ ਇਸ ਨੂੰ ਦਾਅਵੇ ਹੋਈ ਲੇਕਿਨ ਲੈ ਦੇਖੇ ਇਨਸਾਫ ਨਾਲ ਦੀ ਕੋਈ ਵੱਡੀ ਚੀਜ਼ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀਆਂ ਲਾਸ਼ਾਂ ਸਨ ਜਾਂ ਜਿਹੜਾ ਇੱਕ ਵੈਸਲ ਡੁੱਬ ਚੁੱਕਾ ਸੀ ਉਸ ਨੂੰ ਲੱਭਿਆ ਜਾਣਾ ਵੀ ਮناسب ਨਹੀਂ ਸਮਝਿਆ ਬੇਸ਼ੱਕ ਦਾਅਵੇ ਬਹੁਤ ਕੀਤੇ ਇਟਲੀ ਨੇ ਮਾਲਟਾ ਆ ਹੋਰ ਸਰਕਾਰਾਂ ਨੇ ਵੀ ਉਹਨਾਂ ਨੇ ਆਪਣੇ ਨੇਵਲ ਸ਼ਿਪ ਭੇਜ ਕੇ ਉਹੀ ਦਸੰਬਰ ਜਨਵਰੀ ਦੇ ਦੌਰਾਨ ਬਹੁਤ ਸੀਆਂ ਸੀਆਂ ਰੈਕੀਆਂ ਕੀਤੀਆਂ ਸਮੁੰਦਰ ਦੇ ਵਿੱਚ ਪਾਲ ਕੀਤੀ ਲੇਕਿਨ ਉਹਨਾਂ ਨੂੰ ਨਾ ਰਜਹਾਜ਼ ਮਿਲੇ ਨਾ ਲਾਸ਼ਾਂ ਮਿਲੀਆਂ ਇਹ ਗੱਲਬਾਤ ਅਕਤੂਬਰ 2021 ਦੇ ਮਸ਼ਵਾਰਿਆਂ ਦੇ ਦਾਅਵਿਆਂ ਤੋਂ ਬਾਅਦ ਬਿਲਕੁਲ ਝੂਠੀ ਗੱਲਬਾਤ ਲੱਗਦੀ ਹੈ ਸੋ ਜ਼ ਮਾਲਟਾ ਬੋਟ ਟ੍ਰੈਜੇਡੀ ਜਿਸ ਦਾ ਕਿ ਬਹੁਤ ਵਿਸਤਾਰ ਦੇ ਨਾਲ ਮੈਂ ਰਿਪੋਰਟ ਦੇ ਚੁੱਕਾ ਹਾਂ ਉਸ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਲਵੰਤ ਸਿੰਘ ਖੇੜਾ ਸਾਹਿਬ ਜੁਟ ਰਹੇ ਹੈਗੇ ਨੇ ਜ਼ਿਆਦਾ ਮੈਂ ਇੰਟਰੋਡਕਸ਼ਨ ਨਹੀਂ ਦਾਂਗਾ ਚੇਅਰਮੈਨ ਰਹੇ ਨੇ ਮਾਲਟਾ ਬੋਟ ਟ੍ਰੈਜੇਡੀ ਮਿਸ਼ਨ ਦੇ ਖੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਰਤੇਸ਼ ਲਖਿਆਨ ਪ੍ਰਾਕ ਦੇ ਵਿੱਚ ਅਪਾ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਲੇਕਿਨ ਮੈਂ ਥੋੜੇ ਤੋਂ ਜਾਨਣਾ ਚਾਹਾਂਗਾ ਵੀ ਇਹ ਮਾਲਟਾ ਬੋਟ ਟ੍ਰੈਜੇਡੀ ਦੀ ਪੂਰੀ ਕਹਾਣੀ ਜਿਹੜੀ ਹੈ ਜਾਂ ਪੂਰਾ ਪੂਰੀ ਜਿਹੜੀ ਪਰਤਾਲ ਤੁਹਾਡੀ ਪ੍ਰੋ ਮਿਸ਼ਨ ਸੀ ਉਹ ਕਿਵੇਂ ਬਣਿਆ ਕਿਵੇਂ ਸ਼ੁਰੂਆਤ ਹੋਈ ਇਹ ਮਾਮਲਾ ਤੁਹਾਡੇ ਮਾਲਟਾ ਟਰੈਜੇਡੀ ਦਾ ਮਾਮਲਾ ਹੋਇਆ ਉਸ ਵੀ ਖਵਾਰਾਂ ਵਿੱਚ ਪੜਿਆ ਸਾਲਕ ਪਰ ਖਬਰਾਂ ਹੀ ਪੜਦੇ ਰਹੇ ਫਿਰ ਜਦੋਂ ਉਹ ਜਿਹੜੇ ਪੀੜਤ ਪਰਿਵਾਰ ਸੀ ਸਾਡੇ ਕੋਲ ਆਏ ਹੁਸ਼ਿਆਰਪੁਰ ਮੇਰੇ ਦਫ਼ਤਰ ਤੇ ਉਹਨਾਂ ਦੀ ਕਹਾਣੀ ਸੁਣ ਕੇ ਹਮਦਰਦੀ ਪ੍ਰਗਟ ਕੀਤੀ ਚਾਹ ਪੜਾਈ ਤੇ ਮੈਂ ਹੱਥ ਜੋੜ ਤੇ ਮੈਂ ਕਿਹਾ ਓਏ ਸਾਡੇ ਕਰਨ ਦਾ ਕੰਮ ਨਹੀਂ ਉਹ ਫਿਰ 10 ਦਿਨ ਬਾਅਦ ਜਾਦਾ ਜਣੇ ਇਕੱਠੇ ਹੋ ਕੇ ਆਏ ਮੈਂ ਪਹਿਲੀ ਵਾਰੀ ਤਾਂ ਟਾਲ ਦਿੱਤੇ ਫੇ ਦੂਜੀ ਵਾਰੀ ਮੈਂ ਕਿਹਾ ਬਈ ਕੋਸ਼ਿਸ਼ ਕਰਾਂਗੇ ਜੋ ਹੋ ਸਕਦਾ ਕਰਾਂਗੇ ਉਹਦੇ ਬਾਅਦ ਫੇ ਜਦੋਂ ਇਨਵੋਲਵ ਹੋ ਗਿਆ ਉਹਨਾਂ ਨੂੰ ਆਰਗੇਨਾਈਜ਼ ਕੀਤਾ ਮਿਸ਼ਨ ਬਣਾ ਲਿਆ ਜ਼ਿਲ੍ਹਾਵਾਰ ਮੀਟਿੰਗਾਂ ਕੀਤੀਆਂ ਜਿਲੰਦਰ ਹਰ ਮਹੀਨੇ ਮੀਟਿੰਗ ਤਾਂ ਹੁੰਦੀ ਸੀ ਕੰਪਨੀ ਬਾਗ ਇੱਥੇ ਵੀ ਤੁਹਾਡੇ ਹਾਈ ਕੋਰਟ ਦੇ ਸਾਰਾ ਗਾਰਡਨ ਕੋਤਰਾ ਦਿੱਤਾ ਇੱਕ ਵਾਰੀ ਸਾਡੇ 15 ਜੀ ਬਲਟਾ ਟ੍ਰੈਜ ਦੀ ਪ੍ਰੋ ਮਿਸ਼ਨ ਦੇ ਬੈਨਰ ਲੈ ਕੇ ਝੰਡੇ ਲੈ ਕੇ ਬਾਦਲ ਦੀ ਕੋਠੇ ਤੇ 100 ਅਗਸਤ ਇਕੱਲੇ ਇਕੱਲੇ ਆ ਇਕੱਠੇ ਹੋਗਾ। ਔਰ ਫਿਰ ਉੱਥੇ ਇਕੱਠੇ ਹੋ ਕੇ ਝੰਡੇ ਕੱਢ ਲੈ ਜਦੋਂ ਪੁਲਿਸ ਨੂੰ ਪਤਾ ਲੱਗ ਗਿਆ ਉਹਨੇ ਸਾਨੂੰ ਘੇਰ ਲਿਆ ਸੀਨ ਕ੍ਰੀਏਟ ਹੋ ਗਿਆ ਸਾਰਾ মিডিਆ ਹੋ ਗਿਆ ਤੇ ਸਾਨੂੰ ਗ੍ਰਿਫਟਾਰ ਕਰਨਾ ਹੀ ਸੀ। ਫੇਸ ਆਂਡ ਲੇਟ ਕੇਸ ਚੱਲਦਾ ਰਿਹਾ 7-8 ਮਹੀਨੇ ਏ 6 17 ਸੈਕਟਰ ਇਹਦਾ ਸਾਮ ਮੈਂ ਵੀ ਜਾਨਣਾ ਚਾਹਾਂਗਾ ਵੀ ਆਖਿਰ ਲੋੜ ਕੀ ਪਈ ਸੀ ਇਸ ਪ੍ਰਾਈਵੇਟ ਮਿਸ਼ਨ ਨੂੰ ਬਣਾਏ ਜਾਂਦੀ ਐਡੀ ਵੱਡੀ ਟ੍ਰੇਜੇਡੀ ਹੋ ਚੁੱਕੀ ਸੀ ਐਡਾ ਵੱਡਾ ਹਾਦਸਾ ਹੋ ਚੁੱਕਿਆ ਸੀ ਕਿ ਸਰਕਾਰਾਂ ਅਜੇ ਵੀ ਉਹਨਾਂ ਦਾ ਰਵਈਆ ਅਣਗਹਿਲੀ ਭਰਿਆ ਸੀ ਉਹ ਇਸ ਪ੍ਰਤੀ ਸੁਚੇਤ ਨਹੀਂ ਸਨ ਉਹਨਾਂ ਨੂੰ ਨਹੀਂ ਲੱਗਿਆ ਵੀ ਅੱਜ ਦੀ ਤਰੀਕ ਦੇ ਵਿੱਚ ਤਾਂ ਦੋ ਲੋਕ ਵੀ ਮਰ ਜਾਣ ਤਾਂ ਕਿਤੇ ਬਹੁਤ ਵੱਡੀ ਉਸ ਲੈਵਲ ਤੇ ਖਬਰਾਂ ਵੀ ਲੱਗ ਜਾਂਦੀਆਂ ਨੇ ਲੇਕਿਨ ਕੀ ਕਾਰਨ ਸੀ ਵੀ ਐਡੀ ਵੱਡੀ ਸਰਕਾਰਾਂ ਦੀ ਜਿਹੜੀ ਅਣਗਹਿਲੀ ਰਹੀ ਆ ਉਹਨਾਂ ਦਾ ਜਿਹੜਾ ਵਤੀਰਾ ਸੀ ਉਹ ਬਹੁਤ ਹੀ ਨਾਪੱਖੀ ਰਿਹਾ ਆ ਉਹਦੇ ਵਿੱਚ ਇਹੀ ਸ਼ੀ ਪਈ ਇੱਕ ਤਾਂ ਇਹਨਾਂ ਦੀ ਗੱਲ ਸੁਣੋ ਇਹ ਤੁਹਾਡੇ ਸ਼ਹਿਰੀ ਆ ਇਹਨਾਂ ਨੇ ਐਡਾ ਵੱਡਾ ਇਹਨਾਂ ਦੇ ਕਮਾਊ ਪੁੱਤ ਮਰ ਗਏ ਔਰ ਹਲਕ ਨੇ 15 15 20 ਲੱਖ ਰੁਪਈਆ ਖਰਚਿਆ ਗਰੀਬ ਆਦਮੀਆਂ ਕਰਜ਼ਾ ਲੈ ਕੇ ਕੀਤਾ ਉਹ ਕਰਜ਼ਾ ਮੋੜਨਗੇ ਕਿਦਾਂ ਮੁੰਡੇ ਵੀ ਨਹੀਂ ਜਾਇਆ ਤੇ ਪੈਸੇ ਵੀ ਗਏ ਤੇ ਹੁਣ ਉਹ ਜਿਨ੍ਹਾਂ ਤੋਂ ਪੈਸੇ ਲਾਇਆ ਉਹ ਸਾਰਾ ਇਸ ਪੰਜਾਬ ਰੋਂਦਾ ਸੀ ਲੋ ਪੰਜਾਬ ਛੋਟਾ ਜਿਹਾ ਪੰਜਾਬ ਆ 170 ਮੁੰਡੇ ਪੰਜਾਬ ਦੇ ਸੀ ਹਰ ਇੱਕ ਦੇ 10-10 ਰਿਸ਼ਤੇਦਾਰ ਮਕਾਨਾ ਲੈ ਕੇ ਪਹਿਲੇ 2-3 ਮਹੀਨੇ ਤਾਂ ਮਕਾਨਾ ਹੀ ਲੈ ਕੇ ਟੋਲੀ ਤੇ ਮੇਰਾ ਮੁੰਡਾ ਕਿੱਥੇ ਆ ਤੇਰਾ ਕਿਉਂ ਜਿੰਦਾ ਮੇਰਾ ਕਿਉਂ ਮਰ ਗਿਆ ਉਹਨਾਂ ਵਿਚਾਰੇ ਨੂੰ ਸਮਝ ਨਹੀਂ ਸੀ ਕੁਝ ਵੀ ਆਉਂਦਾ ਤੇ ਸਾਲ ਬਾਅਦ ਮੇਰੇ ਕੋਲ ਆਏ ਫੇ ਅਸੀਂ ਢੰਗ ਦੇ ਨਾਲ ਇਸ ਗੱਲ ਨੂੰ ਈਸ਼ੂ ਨੂੰ ਚੱਕਿਆ ਤੇ ਉਸ ਵੇਲੇ ਪਹਿਲਾ ਕਾਂਗਰਸ ਦੀ ਹਕੂਮਤ ਸੀ ਔਰ ਬੱਠਲ ਸੀ ਸ਼ਾਇਦ ਡੈਪਟੀ ਚੀਫ ਮਿਨਿਸਟਰ ਜਾਂ ਚੀਫ ਮਿਨਿਸਟਰ ਇਹ ਅਸੈਂਬਲੀ ਚ ਕਹਤਾ 50-50 ਹਜ਼ਾਰ ਆ ਜਾਣ ਦੇ ਵਾਹੇ ਤੇ ਉਹ ਕੁਛ ਨੇ ਲੈ ਬਾਕੀ ਮਾਪੇ ਕਹਿੰਦੇ ਅਸੀਂ 50 ਹਜ਼ਾਰ ਲੈਣਾ ਆਪਣਾ ਮੁੰਡੇ ਦਾ ਫੁੱਲ ਲਿਆਏ ਨਹੀਂ ਤਿੰਨ ਚਾਰ ਸਾਲੋਂ ਨਹੀਂ ਔਰ ਅਸੀਂ ਅਸੀਂ ਆਪਣਾ ਮੁੰਡਾ ਵੇਚਣਾ ਸਾਨੂੰ ਤਾਂ ਮੁੰਡਾ ਚਾਹੀਦਾ ਦਾ ਮੁੰਡੇ ਦੀ ਆਸ ਚਾਹੀਦੀ ਆ ਉਹ ਜਿਹੜਾ ਕਿ ਹੁਣ ਪੰਜਾਬ ਸਰਕਾਰ ਉਹਦੇ ਵਿੱਚ ਕੀ ਕਰ ਸਕਦੀ ਸੀ ਜਾਂ ਕੋਈ ਵੀ ਕੁਝ ਨਹੀਂ ਸੀ ਕਰ ਸਕਦਾ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਤੁਹਾਡੇ ਪੰਜਾਬ ਦੇ ਮੁੰਡੇ ਆ ਇਸ ਮਾਮਲੇ ਨੂੰ ਹੱਥ 'ਚ ਲੈ ਕੇ ਤੁਸੀਂ ਕਰੋ ਹੱਲ ਕਰੋ ਭਾਰਤ ਸਰਕਾਰ ਨਾਲ ਗੱਲ ਕਰੋ ਵਿਦੇਸ਼ਾਂ ਨਾਲ ਗੱਲ ਕਰੋ ਨਮਰਨ ਨੇ ਨਹੀਂ ਸੀ ਆਂਦਾ ਵੀ ਸਾਡੇ ਮੁੰਡੇ ਮਰ ਗਏ ਆ ਕਿਉਂਕਿ ਲਾਸ਼ਾਂ ਨਹੀਂ ਸੀ ਵੇਖੀਆਂ ਸਸਕਾਰ ਨਹੀਂ ਸੀ ਕੀਤਾ ਤੇ ਉਹ ਫੇਰ ਨਾਲ ਉਹਨਾਂ ਨੂੰ ਹੋਰ ਸੀ ਪੇਜੀ ਉਹ ਫਲਾਣੇ ਦਾ ਮੁੰਡਾ ਬਚ ਗਿਆ ਮੇਰਾ ਮੁੰਡਾ ਕਿੱਧਰ ਮਰ ਗਿਆ ਹੋਣਾ ਕਿਸੇ ਢੇਲ ਤੋਂ ਹੋਣਾ ਹਸਪਤਾਲ ਹੋਣਾ ਆ ਜਾਊਗਾ লাশ লাশ ਨਹੀਂ ਮਿਲੀ ਇਹ ਹੋਇਆ ਇਸ ਤਰੀਕੇ ਦੇ ਨਾਲ ਉਹਨਾਂ ਵਿਚਾਰਿਆਂ ਨੇ ਆਪਣੇ ਤੌਰ ਤੇ 30 40 ਕੇਸ ਵੀ ਡਿਸਟ੍ਰਿਕਟ ਕੋਰਟ ਚ ਕੀਤੇ ਵੀ ਸਾਡਾ ਵੀ 10 ਲੱਖ ਮੋੜੇ ਏਜੰਟਾਂ ਦੇ ਕੀਤੇ ਵਕੀਲਾਂ ਨੂੰ ਪੈਸੇ ਹੋਰ ਦੇਣੇ ਪਏ ਉਹਦੇ ਵਿੱਚੋਂ ਕੋਈ 5-7 ਮਾਮਲੇ ਇੱਥੇ ਖਰੜ ਦੇ ਲਾਗੇ ਦੇ ਸਜਾ ਸੁਜਾ ਵੀ ਦਵਾ ਸਕਿਓ ਮੈਂ ਸਾਲ ਕੁ ਬਾਅਦ ਜਦੋਂ ਆਇਆ ਤਾਂ ਫੇਰ ਅਸੀਂ ਇਹਨੂੰ ਸਿਸਟਮੈਟਿਕਲੀ ਚਲਾਇਆ ਕਿਹਾ ਸਰ ਜਿਹੜੀ ਮਾਲਟਾ ਬੋਟ ਟ੍ਰੈਜੇਡੀ ਮਿਸ਼ਨ ਵੱਲੋਂ ਜਿਹੜੀ ਪਰਤਾਲ ਆਪਣੇ ਵਿਅਕਤੀਗਤ ਲੈਵਲ ਤੇ ਤੁਸੀਂ ਤੇ ਤੁਹਾਡੀ ਜਿਹੜੀ ਕਮੇਟੀ ਨੇ ਕੀਤੀ ਹੈ ਮਿਸ਼ਨ ਨੇ ਕੀਤੀ ਉਹਦੇ ਬਾਰੇ ਦੱਸੋ ਤੁਸੀਂ ਕਈ ਵਿਦੇਸ਼ਾਂ ਵਿੱਚ ਗਏ ਉੱਥੇ ਦੌਰੇ ਕੀਤੇ ਸਿਸਲੀ ਵੀ ਗਏ ਤੁਸੀਂ ਇਟਲੀ ਵੀ ਗਏ ਉੱਥੇ ਤੁਸ ਤੋਂ ਤੁਹਾਨੂੰ ਕੀ ਪੜਤਾਲ ਮਿਲੀ ਤੁਸੀਂ ਮੈਂ ਚਾਹਾਂਗਾ ਵੀ ਤੁਸੀਂ ਆਪਣੀ ਭਾਸ਼ਾ ਦੇ ਆਪਣੇ ਤਰੀਕੇ ਨਾਲ ਜਾਂ ਆਪਣੇ ਸ਼ਬਦਾਂ ਦੇ ਵਿੱਚ ਵੀ ਸਾਨੂੰ ਦੱਸੋ ਕਿਉਂਕਿ ਮੈਂ ਰਿਪੋਰਟ ਬਾਰੇ ਬਹੁਤ ਵੇਰਵਾ ਦਿੱਤਾ ਹੈ ਲੇਕਿਨ ਮੈਂ ਚਾਹਾਂਗਾ ਵੀ ਤੁਸੀਂ ਵੀ ਦੱਸੋ ਆਖਿਰ ਉੱਥੇ ਜੋ ਹੋਇਆ ਸੀ ਤੁਹਾਨੂੰ ਪਤਾ ਲੱਗਾ ਕਿਉਂਕਿ ਤੁਸੀਂ ਪ੍ਰਾਇਮਰੀਲੀ ਜਾ ਕੇ ਲੋਕਾਂ ਨਾਲ ਮਿਲੇ ਨੌਜਵਾਨਾਂ ਨਾਲ ਵੀ ਤੁਸੀਂ ਮੁਲਾਕਾਤ ਕੀਤੀ ਉੱਥੇ ਦੀ ਸਰਕਾਰਾਂ ਨਾਲ ਵੀ ਮਿਲੇ ਉੱਥੇ ਹੋਇਆ ਕੀ ਸੀ ਵਾਪਰਿਆ ਕੀ ਸੀ ਅਸੀਂ ਟੋਟਲ ਨੇਰੇ ਵਿੱਚ ਗਏ ਸੀ ਲੇਕਿਨ ਮਹਾਰਾਜ ਨੇ ਜਿੱਦਾਂ ਉਹ ਪੁਰਾਣਾ ਭਗਵਾਨ ਕ੍ਰਿਸ਼ਨ ਦੇ ਕਹਾਣੀ ਹੈਗੀ ਆ ਮਹਾਭਾਰਤ ਵਿੱਚ ਵੀ ਦਰਵਾਜ਼ੇ ਅੱਗੇ ਤੋਂ ਅੱਗੇ ਖੁੱਲਦੇ ਗਏ ਸਾਨੂੰ ਇੰਨਾ ਸਹਿਯੋਗ ਮਿਲਿਆ ਇੰਨਾ ਸਾਨੂੰ ਸਰਕਾਰਾਂ ਨੇ ਵੀ ਗਵਾਹਨ ਵੀ ਮਿੱਤਰਾਂ ਨੇ ਵੀ ਸਾਰਿਆਂ ਨੇ ਲੱਭੇ ਕੀਤਾ ਵੀ ਸਾਨੂੰ ਅੱਗੇ ਤੋਂ ਅੱਗੇ ਅਸੀਂ ਪੈੜ ਖੋਜਦੇ ਖੋਜਦੇ ਸਾਰਾ ਕੁਝ ਟੋਟਲ ਕੱਢ ਲਿਆ ਜਿਹੜੀ ਘਣ ਹੋਣੀ ਗੱਲ ਸੀ ਕਿਉਂਕਿ ਸਾਡਾ ਜਿਹੜਾ ਮਿਸ਼ਨ ਸੀ ਇਹ ਪ੍ਰਾਈਵੇਟ ਮਿਸ਼ਨ ਸੀ ਸਾਰੇ ਕਹਿੰਦੇ ਸੀ ਕੋਈ ਗਵਰਨਮੈਂਟ ਵੀ ਕਹਿੰਦੀ ਸੀ ਅਸੀਂ ਜੋ ਮੰਨ ਲਈ ਇੰਟਰਨੈਸ਼ਨਲ ਆਰਡਰ ਦੇ ਤੇ ਹੋਇਆ ਏ ਗ੍ਰੀਸ ਵਾਲੇ ਜਮਾ ਨਹੀਂ ਲੈਂਦੇ ਮਾਲਟਾ ਵਾਲੇ ਦੀ ਲੈਂਦੇ ਇਟਲੀ ਵਾਲੇ ਨਹੀਂ ਲੈਂਦੇ ਹਿੰਦੁਸਤਾਨ ਵਾਲੇ ਪਾਕਿਸਤਾਨ ਵਾਲਿਆਂ ਦੀ ਤਾਂ ਗੱਲੇ ਛੱਡੋ ਕੋਈ ਹੋਂਕਾਰ ਨੂੰ ਤਿਆਰ ਨਹੀਂ ਸੀ ਇਹਨਾਂ ਨੂੰ ਕੋਈ ਇੰਟਰਨੈਸ਼ਨਲ ਟਰੀਟੀ ਇਦਾਂ ਦੀ ਹੈ ਨਹੀਂ ਇੰਟਰਨੈਸ਼ਨਲ ਲਾਅ ਵੀ ਇਦਾਂ ਦਾ ਹੈ ਨਹੀਂ ਇਸ ਕਰਕੇ ਸਾਡਾ ਕੰਮ ਬਹੁਤ ਔਖਾ ਸੀ ਲੇਕਿਨ ਇਹ ਤਾਂ ਪ੍ਰਮਾਤਮਾ ਦੀ ਸਾਡੀ ਸ਼ਕਤੀ ਮੈਨੂੰ ਕਹਿ ਲਓ ਸਾਡਾ ਥਾਪੜਾਇਆ ਭਈ ਅਸੀਂ ਅੱਗੇ ਤੋਂ ਅੱਗੇ ਦਰਵਾਜੇ ਖੁੱਲਦੇ ਗਏ ਉੱਥੇ ਜਦੋਂ ਗਰੀਸ ਗਏ ਉਸ ਥਾਂ ਤੇ ਗਏ ਜਿੱਥੇ ਮੁੰਡੇ ਲਿਆ ਕੇ ਉਹਨੇ ਡੱਕੇ ਸੀ ਉੱਥੋਂ ਮੁੰਡੇ ਦੌੜੇ ਸੀ ਉਹ ਸਾਰਾ ਕੀਤਾ ਮੁੰਡੇ ਮਿਲ ਗਏ ਬਹੁਤ ਸਾਰੇ ਉਹਨਾਂ ਤੋਂ ਕਹਾਣੀਆਂ ਸੁਣੀਆਂ ਬੜੀਆਂ ਰਿਕਾਰਡ ਕੀਤੀਆਂ ਉਦੋਂ ਟੇਪ ਹੁੰਦੇ ਸੀ ਤੇ ਫੋਟੋ ਵੀ ਛੱਡ ਕੋ ਹੈਗੀਆਂ ਵੀ ਪਈਆਂ ਫੋਟੋ ਤੇ ਉਹ ਫਿਰ ਸਾਨੂੰ ਕਹਾਣੀ ਸਾਰੀ ਪਤਾ ਲੱਗ ਗਈ ਇਹ ਦਰਸਲ ਇੰਟਰਨੈਸ਼ਨਲ ਸਮਗਲਿੰਗ ਦਾ ਹਿਊਮਨ ਸਮਗਲਿੰਗ ਦਾ ਮਾਮਲਾ ਸੀ ਔਰ ਇੰਟਰਨੈਸ਼ਨਲ ਸਮਗਲਰਾਂ ਦਾ ਗਰੋ ਫਰਵਲਾ ਉਹਨਾਂ ਦਾ 18 ਕਰੋੜ ਦਾ ਇਹੋ ਪ੍ਰੋਜੈਕਟ ਸੀ। ਔਰ ਇਹਦੇ ਵਿੱਚ ਆ ਭਾਰਤ, ਪਾਕਿਸਤਾਨ, ਲੰਕਾ ਦੇ ਜ਼ਿਆਦਾ ਬੱਚੇ ਸੀ, ਥੋੜੇ-ਬਹੁਤ ਬੰਗਲਾਦੇਸ਼ ਦੇ ਵੀ ਸੀ। ਔਰ ਲਗਭਗ 1.5 200 ਏਜੰਟਾਂ ਨੇ ਇਹੋ ਭੇਜੇ ਸੀ, ਕਿਸੇ ਨੇ 2, ਕਿਸੇ ਨੇ 5, ਕਿਸੇ ਨੇ 10। ਇਦਾਂ ਔਰ ਇਸ ਤਰੀਕੇ ਦੇ ਨਾਲ ਹੋਰ ਰਸਤਾ ਵੀ ਕਮ ਸੇ ਕਮ 50 ਰਸਤਿਆਂ ਤੋਂ ਗਏ ਕੋ ਗਰੀ ਚੌਗੜਾ ਕੋ ਇਤਲੀ ਤੋਂ ਗਏ ਤੇ ਇਧਰੋਂ ਉਧਰੋਂ ਇਕੱਠੇ ਕਰਕੇ ਉਹਨਾਂ ਨੇ ਆਪਸ ਵਿੱਚ ਹੀ ਤਾਰਾਂ ਜੁੜੀਆਂਆਂ ਸੀ ਸਮਗਲਰਾਂ ਨੇ ਬੜਾ ਭਾਰੀ ਸ਼ਿਪੇ ਕੋ ਤਾਂ ਦਾ ਸੀ ਜਿਉਹ ਹਨ ਉਹ ਸਮੁੰਦਰ ਦੇ ਵਿਚਕਾਰ ਖੜਾ ਕਰ ਛੱਡਿਆ ਔਰ ਉਹਦੇ ਦੇ ਵਿੱਚ ਕੋਈ ਦੋ ਪਾਤ ਤੇ ਕਿਸੇ ਨੇ 10 ਪਾਤ ਤੇ ਜਿੰਦਾ ਜਿੰਦਾ ਪੈਸੇ ਫੜਿਓ ਸੀ ਉਹ ਸਾਰੇ ਇਕੱਠੇ ਕਰਦੇ ਉਹ ਡੇਢ ਦੋ ਮਹੀਨਾ ਵਿਚਾਰੇ ਉਹ ਮੁੰਡੇ ਉੱਥੇ ਖੜੇ ਰਹੇ ਸਮੁੰਦਰ ਦੇ ਵਿਚਕਾਰ ਉਹਨਾਂ ਨੂੰ ਨਾ ਆਗ ਭੋਜਨ ਮਿਲੇ ਨਾ ਪਾਣੀ ਮਿਲੇ ਤੇ ਉਹ ਪਰੇਸ਼ਾਨ ਤੇ ਉਹ ਕਹਿੰਦੇ ਰੱਬਾ ਸਾਨੂੰ ਇਥੋਂ ਚੱਕ ਲੈ ਇਹਦੇ ਨਾਲ ਤਾਂ ਮੌਤ ਬੁਰੀ ਅਸੀਂ ਕਿੱਥੇ ਆਵਾਂਗਾ ਕੋਈ ਅੱਗੇ ਫਿਊਚਰ ਦਿਸਦਾ ਨਹੀਂ ਵੀ ਕਿੱਥੇ ਜਾਵਾਂਗੇ ਕਦੋਂ ਜਾਵਾਂਗੇ ਉਹਨਾਂ ਨੂੰ ਕੋਈ ਦੱਸਣ ਨੂੰ ਤਿਆਰ ਨਹੀਂ ਸੀ ਨਾ ਕਿਸੇ ਨੂੰ ਪਤਾ ਹੀ ਸੀ ਉਹ ਜਦੋਂ ਅਸੀਂ ਜਹਾਜ਼ ਮਗਰੋਂ ਟੋੜ ਲਿਆ ਹਾਦਸੇ ਉੱਤੇ ਅਸੀਂ ਛੜ ਕੇ ਫੋਟੋ ਫਾਟੋ ਕੀਤੀਆਂ ਤੇ ਅਸੀਂ ਅੰਦਰ ਲਿਖਿਆ ਲਿਖਿਆ ਨਿਆਣਿਆਂ ਦਾ ਰੱਬਾ ਸਾਨੂੰ ਚੱਕ ਲਾ ਮੌਤ ਸਾਨੂੰ ਖੜੀਆ ਉਹਨਾਂ ਨੇ ਭਰਿਆ ਆ ਸਾਰੇ ਨਿਆਣਿਆਂ ਨੇ ਕਿਸੇ ਨੇ ਪੰਜਾਬੀ ਚ ਕਿਸੇ ਨੇ ਉਰਦੂ ਚ ਕਿਸੇ ਨੇ ਅੰਗਰੇਜ਼ੀ ਚ ਫੇ ਕਿਉਂਕਿ ਉਹਨਾਂ ਨੂੰ 2 ਪੀਸ ਡਬਲ ਰੋਟੀ ਦੇ ਦਿੰਦੇ ਸੀ ਜਾਂ ਪਾਣੀ ਵੀ ਨਹੀਂ ਸੀ ਮਿਲਦਾ ਪੀਣ ਦਾ ਉੱਪਰਲਾ ਤਮ ਆਪਣੇ بارش ਦੇ ਪਾਣੀ ਨੂੰ ਇਕੱਠਾ ਕਰਕੇ ਉਹ ਮੂਹ ਨੂੰ ਲਾਉਂਦੇ। ਮਤਲਬ 2 ਮਹੀਨੇ ਤੇ ਢਾਈ ਲਾਉਂਨ ਉਹਨਾਂ ਨੂੰ। ਕੋਈ ਕੋਈ ਜਿਹੜੇ ਪਹਿਲਾਂ ਆਇਆ ਉਹਨਾਂ ਦੇ 2 ਢਾਈ ਮਹੀਨੇ ਹੋ ਗਏ ਮਗਰੋਂ ਆਏ ਹੁਣ ਉਹਨਾਂ ਦਾ ਮਹੀਨਾ ਖ ਲੱਗਾ ਹੋਣਾ ਉਹਦੇ ਵਿੱਚ ਦੱਬੇ ਰਹੇ। ਫਿਰ ਉਹ ਪਾਇੰਟਡ ਤਰੀਖ ਤੇ ਉਹਨੇ ਪ੍ਰਬੰਧ ਕੀਤਾ ਸਮਗਲਰਾਂ ਨੇ ਵੀ ਉੱਥੇ ਉਹ ਪਹਿਲਾਂ ਗਿਆ ਉਹਦਾ ਨਾਮ ਨੂੰ ਹੈਗਾ ਬਿਲਕੁਲ। ਉੱਥੇ ਜਾ ਕੇ ਇੱਕ ਮਾਰਕਟ ਵਿੱਚ ਨਾ ਉਹਨੇ ਅਰੇਂਜ ਕੀਤਾ ਬਈ ਦੋ ਬੜੀਆਂ ਕਿਸ਼ਤੀਆਂ 200 300 ਵਾਲੀਆਂ ਮਿਲ ਜਾਣ। ਕੋ ਉਥੇ ਮੁਸਲਮਾਨ ਸੀ ਔਰ ਮਾਰਟੀ ਜਨਾਨੀ ਨਾਲ ਵਿਆਹ ਕੀਤਾ ਸੀ ਉਥੇ ਸਾਜ਼ਿਸ਼ ਕੀਤੀ ਜਾਂ ਤਿਆਰੀ ਕੀਤਾ ਉਹਨੇ ਪ੍ਰਬੰਧ ਕੀਤਾ ਨਾਲ ਉਹ ਕਿਸ਼ਤੀਆਂ ਦੇ ਨਾਲ ਪੰਜ ਪੰਜ ਸੱਤ ਆਦਮੀ ਉਹਨਾਂ ਨੂੰ ਲਿਜਾਣ ਵਾਲੇ ਵੀ ਚਾਹੀਦੇ ਸੀ। ਇੱਕ ਅਰੇਂਜ ਹੋ ਗਈ ਉਹਨਾਂ ਤਾਂ ਦੂਜੀ ਅਰੇਂਜ ਨਹੀਂ ਹੋਈ। ਜਿੱਦਾਂ ਹੋਣੀ ਸੀ ਇਹਨਾਂ ਨੇ ਦਿਓਏ ਫਿਰ ਉਸ ਅਪਾਇੰਟਡ ਟਾਈਮ ਤੇ ਇਹ ਗਏ ਤੇ ਉਹ ਜਦੋਂ ਮੁੰਡਿਆਂ ਨੂੰ ਪਤਾ ਲੱਗਾ ਪੇਜੀ ਆ ਗਏ ਆ ਸਾਰੇ ਕਹੀਏ ਮੈਂ ਉਹ ਤੋਂ ਪਹਿਲਾਂ ਜਾਵਾਂ ਮੈਂ ਉਹ ਤੋਂ ਪਹਿਲਾਂ ਜਾਵਾਂ ਵੀ ਰਹਿਣਾ ਜਾਵਾਂ ਕਿ ਤੇ ਹੁਣ ਕਿਸ਼ਤੀ ਇੱਕ ਸੀ ਉਹ ਤੇ 1.5 200 ਆਦਮੀ ਚੜ ਸਕਦਾ ਸੀ ਉਹ ਤੇ 300 ਚੜ ਗਏ ਉਹ ਹੈਰ ਉਠਾ ਅਜੋ ਨੇਰਾ ਆਪਣੇ ਨੇਰੀ ਚਲਦੀ ਸੀ ਉਹ ਵਿੱਚ ਸਮੁੰਦਰ ਉਹਦੇ ਵਿੱਚ ਜਹਾਜ਼ ਦੇ ਉਹਦੇ ਵਿੱਚ ਛੇਕ ਹੋ ਗਿਆ ਪਾਣੀ ਭਰ ਲੱਪਿਆ ਫੇਰ ਨਹੀਂ 15 20 ਮੁੰਡੇ ਬਚਾਏ ਵੀ ਆਪਣੇ ਲੱਜਾਂ ਸਿੱਟ ਕੇ ਪੱਗਾ ਸਿੱਟ ਕੇ ਵਾਪਸ ਕੀਤੇ ਤੇ ਉਹ ਇਸ ਤਰੀਕੇ ਦੇ ਨਾਲ ਉਹ ਜਿਹੜਾ ਨਾ ਉੱਥੇ ਡੁੱਬ ਗਏ ਇਹ ਫਿਰ ਡੈਂਬਰ ਗਏ ਇਹਨਾਂ ਨੇ ਕਈ ਚੱਕ ਚੱਕ ਕੇ ਸਮੁੰਦਰ ਵਿੱਚ ਵਿੱਚ ਜਿਹੜਾ ਮੋਰ ਬੋਲਦਾ ਸੀ ਬੰਦੂਕਾਂ ਉਹਨਾਂ ਦੇ ਕੋਲ ਸੀ ਨਾ ਡਰੋਂਦੇ ਸੀ ਪਈ ਕਿ ਤਰਲਾ ਸੀ ਪਾਣਾ ਕੱਲ ਨਹੀਂ ਕਰਨੀ ਬਾਹਰ ਨਹੀਂ ਜਾਣਾ ਚਾਹੀਦਾ ਫਿਰ ਇਹਨਾਂ ਨੇ ਪਲਾਨ ਬਣਾਇਆ ਪਈ ਜੀ ਹੁਣ ਕੀ ਕਰੀਏ ਉਹ ਵੀ ਫੈਸਲਟ ਸੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਤਸ਼ਾਮਲ ਲੈ ਸੀ ਤੇ ਉਹ ਫਿਰ ਇਹਨਾਂ ਨੇ ਇੱਥੇ ਗ੍ਰੀਸ ਦੇ ਕੰਡੇ ਤੇ ਕੋ ਅਰੇਂਜ ਕੀਤਾ ਪਹਿਲਾਂ ਹੋਊਗਾ ਬਈ ਫਲਾਣੇ ਇਲਾਕੇ ਵਿੱਚ ਫਲਾਣੀ ਬਿਲਡਿੰਗ ਲਾਓ ਉੱਥੇ 2-4 ਦਿਨ ਦੇਖ ਕੇ ਫੇ ਪਲਾਨ ਕਰਦੇ ਹਾਂ ਕੀ ਆ ਉੱਥੇ 2-3 ਦਿਨ ਰਹੇ ਤੇ ਨਿਆ ਮੁੰਡੇ ਡਰਿਓ ਸੀ ਇਹਨਾਂ ਨੇ ਉਹ ਸਿਕਿਉਰਿਟੀ ਗਾਰਡਾਂ ਕੋਲ ਹਥਿਆਰ ਖੋ ਗੱਲ ਨਿਕਲ ਪਾ ਜਿੱਧਰ ਨੂੰ ਉਹਨਾਂ ਦਾ ਮੂੰਹ ਲੱਗਾ ਫੇ ਉਹ ਗੱਲ ਆਊਟ ਹੋ ਗਈ ਪੁਲਿਸ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਟੈਲੀਵਿਜ਼ਨ ਵਾਲੇ ਆ ਗਏ ਹੋਰਾਂ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਇਸ ਕਰਕੇ ਇਹ ਮਾਮਲਾ ਲੁਕਿਆ ਨਹੀਂ ਰਹਿ ਸਕਿਆ ਤੇ ਹੁਣ ਅੱਜ ਦੀ ਤਰੀਖ ਦੇ ਵਿੱਚ ਕੋਈ ਚੀਜ਼ ਇਸ ਮਾਮਲੇ ਦੀ ਨਹੀਂ ਜਿਹੜੀ ਨਹੀਂ ਪਤਾ एवरीथिंग ਇਜ਼ ਅਨਨੋਨ ਕਿਰ ਸਭ ਇਸ ਮਾਮਲੇ ਦੇ ਵਿੱਚ ਇਟਲੀ ਦੇ ਜਿਹੜੇ ਲੋਕਲ ਸਥਾਨਕ ਪਦਰਤੇ ਮੈਂ ਜ਼ਿਕਰ ਕੀਤਾ ਆਪਣੇ ਰਿਪੋਰਟ ਦੇ ਵਿੱਚ ਬਹੁਤ ਸਾਰੇ ਐਸੇ ਪਲੇ ਬਣੇ ਉੱਥੇ ਨਾਟਕ ਬਣੇ ਫਿਲਮਾਂ ਭਾਰਤ ਦੇ ਵਿੱਚ ਕਾਫਲਾ ਨਾ ਦੀ ਇੱਕ ਫਿਲਮ ਵੀ ਇੱਥੇ ਬਣੀ ਸੀ ਉਹ ਉੱਥੇ ਦੀ ਮੀਡੀਆ ਨੇ ਵੀ 2001 ਤੋਂ ਬਾਅਦ ਇਸ ਮਾਮਲੇ ਨੂੰ ਰਿਪੋਰਟ ਕੀਤਾ ਲੇਕਿਨ ਉੱਥੇ ਦੇ ਪੱਤਰਕਾਰਾਂ ਦੀ ਜਾਂ ਉੱਥੇ ਦੇ ਮੀਡੀਆ ਦੀ ਰਿਪੋਰਟਿੰਗ ਕਿਹੋ ਜੀ ਸੀ ਕਿਉਂਕਿ ਸਰਕਾਰਾਂ ਤਾਂ ਇਸ ਮਾਮਲੇ ਨੂੰ ਐਕਨੋਲਜ ਕਰਨਾ ਨਹੀਂ ਚਾਹੁੰਦੀਆਂ ਸਨ ਇਸ ਟਰੈਜੇਡੀ ਨੂੰ ਉਹ ਬਿਲਕੁਲ ਹੀ ਮੰਨਣ ਦੇ ਮੂਡ ਦੇ ਵਿੱਚ ਨਹੀਂ ਸਨ ਉਹ ਚਾਹੁੰਦੀਆਂ ਨਹੀਂ ਸਨ ਵੀ ਇਹ ਚੀਜ਼ ਉਜਾਗਰ ਹੋਵੇ ਤੇ ਐਡੇ ਵੱਡੇ ਪੱਦਰ ਦੀ ਅਣਗਹਿਲੀ ਆ ਉਹਨਾਂ ਵੱਲੋਂ ਜਿਹੜੀ ਜਿਸ ਤਰੀਕੇ ਦੀ ਮਨੁੱਖੀ ਤਸਕਰੀ ਨੂੰ ਹੋਣ ਦਿੱਤਾ ਜਾ ਰਿਹਾ ਉਹਨਾਂ ਦੇ ਸੀਜ਼ ਦੇ ਵਿੱਚ ਉਹਨੂੰ ਉਹ ਜਗ ਜਾਹਰ ਹੋਵੇ ਸੋ ਉੱਥੇ ਤਾਂ ਮੀਡੀਆ ਦਾ ਰੋਲ ਕੀ ਸੀ ਭੂਮਿਕਾ ਕੀ ਸੀ ਸਾਨੂੰ ਇਹ ਲਬਤ ਕਾਰਨ ਵਿੱਚ ਬਹੁਤ ਮਦਦ ਹੋਈ ਇੱਕ ਭਾਈ ਤੁਹਾਡੇ ਵਰਗਾ ਪ੍ਰੋਫੈਸਰ ਸੀ ਫ੍ਰੈਂਕਫਰਟ ਯੂਨੀਵਰਸਿਟੀ ਦੇ ਵਿੱਚ ਕੋਈ ਹੈਡ ਆਫ ਡਾਕੂਮੈਂਟਰੀ ਬਣਾਣਾ ਉਹਨੂੰ ਜਦੋਂ ਪਤਾ ਲੱਗਾ ਇਸ ਵਾਕਿਆ ਦਾ ਸਭ ਤੋਂ ਪਹਿਲਾਂ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਨੂੰ ਰਿਕਾਰਡ ਕੀਤਾ ਔਰ ਜਿਲੰਦਰ ਆਇਆ ਜਿਲੰਦਰ ਉਹਨੇ ਫੋਟੋ ਵਗੈਰਾ ਲਈ ਗੱਲ ਕੀਤੀ ਪੁੱਛਿਆ ਕਿੱਥਿਆ ਕਿ ਕਿਦਾਂ ਬਈ ਉਹਨਾਂ ਦੇ ਪਿੰਡਾਂ ਚ ਵੀ ਦੇਖਿਆ ਵੀ ਇਹ ਕਿਹੋਂ ਜਾਂਦੇ ਆ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਨੂੰ ਫੇਰ ਪਤਾ ਲੱਗਿਆ ਉਹਦੇ ਨਾਲ ਸਾਨੂੰ ਖਜਾਨਾ ਖੁੱਲ ਗਿਆ ਫੇਰ ਸਾਨੂੰ ਅੱਗੇ ਤੋਂ ਅੱਗੇ ਇੱਕ ਉਹਦੀ ਇੰਟਰਵਿਊ ਉਸ ਮਗਲਰਾਂ ਨਾਲ ਛਪੀ ਹੋ ਸੀ ਉਸ ਮਗਲਰ ਜਿਹੜੇ ਮਿਹਨਤ ਤੇ ਨਹੀਂ ਸੀ ਨਾ ਹੁਣ ਮੈਂ ਨਾ ਤੇ ਡਾਕੂਮੈਂਟ ਦੇਖ ਕੇ ਦੱਸ ਦਵਾਂਗੇ ਮੇਰੇ ਮੂੰਹ ਤੇ ਚੜੇ ਹੋ ਸੀ ਪਰ ਹੁਣ ਭੁੱਲ ਜਾਂਦੇ ਆ ਜਿਹੜਾ ਸਰਗਨਾ ਮੀਨ ਸੀ ਉਹ ਪੈरिस ਵਿੱਚ ਜਾ ਕੇ ਗ੍ਰਿਫਤਾਰ ਹੋ ਗਿਆ ਇਸ ਡਾਕੂਮੈਂਟਰੀ ਬਣਾਕਰ ਨਾ ਉਹਦੇ ਨਾਲ ਜਾ ਕੇ ਇੰਟਰਵਿਊ ਕੀਤੀ ਉਹਦੇ ਵਿੱਚ ਉਹਨੇ ਰਾਜ਼ ਹੋਇਆ ਵੀ ਐਦਾਂ ਸਾਰੀ ਕਹਾਣੀ ਸੀ ਫਲਾਣੇ ਸਾ ਸਾਡਾ ਜਹਾਜ਼ ਇਹ ਟਕਰਾਇਆ ਔਰ ਉੱਥੇ ਉਹ ਡੁੱਬੇ ਔਰ ਇਦਾਂ ਡੁੱਬੇ ਤੇ ਉਹ ਉਹ ਫੇ ਲੰਬੀ ਚੌੜੀ ਗੱਲਬਾਤ ਹੈਗੀ ਉਹ ਸ਼ਾਇਦ ਮੇਰੇ ਕੋਲ ਫਿਲਮ ਪਈ ਵੀ ਹੋਵੇ ਆਈ ਡੋਟ ਨੋ ਉਹ ਬੜੀ ਇੰਪੋਰਟੈਂਟ ਆ ਅਸੀਂ ਦੋ ਵਾਰੀ ਗਏ ਉਹਦੇ ਕੋ ਫ੍ਰੈਂਕਫਰਟ ਸਾਡੀ ਬੜੀ ਉਹਨਾਂ ਸੇਵਾ ਕੀਤੀ ਸਾਨੂੰ ਰਿਕਾਰਡਰ ਕੋਡ ਵੀ ਕਾਫੀ ਦਿੱਤਾ ਉਸ ਵੇਲੇ ਤੇ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਤੁਹਾਡੇ ਵਾਲਾ ਸਵਾਲ ਪੁੱਟ ਉਹਨੇ ਵੀ ਕੀਤਾ ਉਹ ਇਹ ਕੀ ਕੰਮ ਕਰਦੇ ਆ ਤੁਸੀਂ ਮੁੰਡੇ ਮਰਵਾਉਂਦੇ ਆ ਤੁਸੀਂ ਇਹਨਾਂ ਨੂੰ ਨੈਵੀਗੇਟ ਕਰਦੇ ਆ ਤੇ ਉਹ ਜਸਿਫਾਈ ਕਰੇ ਕਹਿੰਦਾ ਅਸੀਂ ਤਾਂ ਸੇਵਾ ਕਰ ਰਹੇ ਆ ਉਹਨਾਂ ਦਾ ਤਰਕ ਇਹ ਸੀ ਕਿ ਯੂਰਪ ਦੇ ਵਿੱਚ ਲੋਕੀ ਜਿਹੜੇ ਹੈਗੇ ਆ ਇਹ ਇਹ ਯੂਰਪ ਵਾਲੇ ਜਾਂ ਜਿਹੜੇ ਕੈਪੀਟਲਿਸਟਿਕ ਕੰਟਰੀ ਆ ਅਮਰੀਕਾ ਇੰਗਲੈਂਡ ਆ ਇਹ ਵਾਲੇ ਇਹ ਆਪਣੀਆਂ ਚੀਜ਼ਾਂ ਬਣਾ ਕੇ ਇੰਡਸਟਰੀਆਂ ਸਾਡੇ ਦੇਸ਼ਾਂ ਵਿੱਚ ਸੁੱਟਦੇ ਆ ਤੇ ਸਾਡੀ ਲੇਬਰ ਬੇਕਾਰ ਹੁੰਦੀ ਆ ਅਗਰ ਉਹ ਅਸੀਂ ਇੱਥੇ ਸਿੱਟਦੇ ਆ ਤਾਂ ਕੀ ਗਲਤ ਕਰਦੇ ਆ ਜੇ ਆਦਮੀ ਇਹਨਾਂ ਨੂੰ ਕੰਮ ਅਸੀਂ ਇੱਥੇ ਮਿਲਦਾ ਔਰ ਇਹ ਆਉਣਾ ਚਾਹੁੰਦੇ ਆ ਤਾਂ ਅਸੀਂ ਗਲਤ ਕੰਮ ਨਹੀਂ ਕੋਈ ਵੀ ਕਰਦੇ ਆ ਇਹ ਠੀਕ ਕਰ ਰਹੇ ਇਹ ਤਾਂ ਇਹ ਇਹ ਆਪਣਾ ਮਾਲ ਉੱਥੇ ਸੇਟਣ ਸਾਡੇ ਆਦਮੀ ਇੱਥੇ ਨਾ ਲਿਆਉਣ ਇਹ ਜੈਸਿਫਾਈ ਨਹੀਂ ਹੋ ਸਕਦਾ ਉਹਨੇ ਉਸ ਮੁਗਲਰ ਦਾ ਬੜੀ ਵਾਰਤਾ ਲਾ ਬੜੀ ਫਰਸਟ ਕਲਾਸ ਆ ਤੋ ਹਦ ਬੜੀਆਂ ਲਮੀਆ ਚੌੜੀ ਗੱਲ ਹੈ ਸਰ ਸਾਹਿਬ ਇਹ ਵੀ ਜਾਣਕਾਰੀ ਤੋਂ ਵੀ ਅੱਜ ਦੀ ਸਟੇਟ ਸਟੇਜ ਦੇ ਵਿੱਚ ਕੀ ਸਟੇਟਸ ਹੈ ਕੇਸਿਸ ਕਿੱਥੇ ਖੜੇ ਨੇ ਮਾਮਲੇ ਕਿੱਥੇ ਖੜੇ ਨੇ ਉਹਨਾਂ ਬਾਰੇ ਥੋੜੀ ਜੀ ਤਫਸੀਲ ਦੋ ਕਿ ਤੁਸੀਂ ਪੂਰੀ ਜੁੜੀ ਹੋਈ ਘਟਨਾ ਕਰਮ ਰਿਹਾ ਉਹਦੇ ਨਾਲ ਲਿੰਕ ਦੇ ਵਿੱਚ ਰਹਿ ਪਾਏ ਹੋ ਕਿਉਂਕਿ ਉਮਰ ਕਾਫੀ ਹੋ ਗਈ ਹੈ ਤੁਹਾਡੇ ਲਈ ਵੀ ਬਹੁਤ ਇੱਕ ਵੱਡੀ ਚੁਣੌਤੀ ਹੈ ਕਿ ਕਿ ਐਨੀ ਉਮਰ ਦੇ ਵਿੱਚ ਇਸ ਪੂਰੇ ਸੰਘਰਸ਼ ਨੂੰ ਵਿੜਨਾ ਜਾਂ ਕੰਟੀਨਿਊ ਰੱਖਣਾ ਔਖਾ ਸੀ ਮੈਂ ਇੰਡੀਆ ਵਿੱਚ 100 150 ਲੇ ਕਰੀਬ ਏਜੰਟ ਸਭ ਏਜੰਟ ਸਾਰੇ ਫੈਲੇ ਹੋ ਸੀ ਕਿਸੇ ਦਾ ਇੱਕ ਮੁੰਡਾ ਕਿਸੇ ਦੇ ਦੋ ਕਿਸੇ ਦੇ ਪੰਜ ਇਦਾਂ ਕੋ ਬੜਾ ਇਦਾਂ ਦਾ ਏਜੰਟ ਦਾ ਇੱਥੇ ਕਪੂਰਥਾਲੇ ਦਾ ਸੀ ਵਾਹੀ ਵਾਹੀ ਤੇ ਉਹ ਦਾ ਆਪਣੇ ਜਹਾਜ਼ ਚੱਲਦੇ ਸੀ ਉਹ ਥੋਕ ਦਾ ਕੰਮ ਕਰਦਾ ਸੀ ਇਹਨਾਂ ਦਾ ਸਰਗਨਾ ਸੀ ਇੰਨੇ ਵੇ ਉਹ ਇੰਟਰਨੈਸ਼ਨਲ ਸਮਗਲਰਾਂ ਦਾ ਏਜੰਟ ਸੀ ਜਪਾਈ ਗੜ ਦੀ ਸੀ ਤੇ ਇਸ ਕਰਕੇ ਉਹ ਜਿਹੜਾ ਹੈਗਾ ਉਹ ਲੋਕੀ ਇਹਨਾਂ ਦੇ ਦੁਆਲੇ ਹੋਏ ਪਿੱਛੇ ਆਪਾਂ ਕੀਤਾ ਸਾਡੇ ਮੁੰਡੇ ਦੇ ਹੋਇਆ ਫਲਾਨਾ ਹੋਗਾ ਵੀ ਪੁਲਿਸ ਨੇ ਘੜੀ ਦੀ ਘੜੀ ਇਹਨਾਂ ਨੂੰ ਫਟਫੜ ਲਿਆ ਫਿਰ ਬੰਨਤਾ ਹੋ ਗਈਆਂ ਉਹ ਅਗਲੇ ਕੇਸ ਜਿਹੜੇ ਤੁਹਾਨੂੰ ਦੱਸਿਆ ਸੀ ਵੀਆਈ ਦਾ 150 ਦੇ ਵਿੱਚੋਂ ਸੀਵੀਆਈ ਨੇ ਸੋਚਿਆ ਵੀ ਜਿਹੜੇ ਮੇਨ ਆ 28 ਉਹ ਚੁਰ ਕੇ ਕੱਢੇ ਤੁਹਾਨੂੰ ਕਿਹਾ 35 40 ਨੇ ਡਿਸਟ੍ਰਿਕਟ ਕੋਰਟਸ ਦੇ ਵਿੱਚ ਕੇਸ ਕਰਕੇ ਆਪਣਾ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਕੋਈ ਕਿਸੇ ਨੇ 2 ਲੱਖ 4 ਲੱਖ ਮੋੜ ਦਿੱਤਾ ਕਿਸੇ ਨੂੰ ਸਜ਼ਾ ਵੀ ਪੰਨ ਚ ਉਹਨੂੰ ਹੋ ਗਈਆਂ ਇਹ ਲੋਕਲ ਲੈਵਲ ਤੇ ਉਹ ਜਿਹੜਾ ਮੇਨ ਕੇਸ ਆ ਉਹ ਹਾਲੇ ਵੀ ਸੀਵੀਐ ਦੀ ਅਦਾਲਤ ਚ ਉਹਦਾ ਪਉ ਪਿਆ ਨਹੀਂ ਪਿਆ ਆਈ ਡੋਨਟ ਨੋ ਕਿਰਸਾ ਬਹੁਤ ਬਹੁਤ ਧੰਨਵਾਦ ਇਸ ਪੂਰੀ ਗੱਲਬਾਤ ਲਈ ਅਗੇ ਤੁਸੀਂ ਆਪਣਾ ਸਮਾਂ ਕੱਢਿਆ ਤੇ ਇੱਕ ਵਾਰ ਫਿਰ ਅਸੀਂ ਸਲਾਮ ਕਰਦੇ ਹਾਂ ਤੁਹਾਨੂੰ ਬਹੁਤ ਹੀ ਤੁਸੀਂ ਮਿਹਨਤ ਕੀਤੀ ਜਿਸ ਲੈਵਲ ਤੇ ਮੈਂ ਸਮਝ ਸਕਦਾ ਵੀ ਉਸ ਵਕਤ ਵੀ ਤੁਹਾਡੀ 1997 ਤੋਂ ਬਾਅਦ ਵੀ ਤੁਹਾਡੀ ਜਿਹੜੀ ਉਮਰ ਸੀ ਉਹ ਕਾਫੀ ਰਹੀ ਹੋਏਗੀ ਤੇ ਉਸ ਵਕਤ ਤੁਸੀਂ ਜਾ ਜਾ ਕੇ ਇੰਨੇ ਮੁਲਕਾਂ ਦੇ ਵਿੱਚ ਇਸ ਪੂਰੇ ਮਿਸ਼ਨ ਨੂੰ ਤੋਰਿਆ ਤੇ ਆਪਣੇ ਪੱਧਰ ਤੇ ਇਸ ਵਿਅਕਤੀਗਤ ਜਾਂ ਨਿੱਜੀ ਪੜਤਾਲ ਨੂੰ ਕਿਸੇ ਨਾ ਕਿਸੇ ਲੈਵਲ ਤੇ ਲਿਜਾ ਕੇ ਘਟੋ ਘਟ ਪਰਿਵਾਰਾਂ ਦੀ ਇੱਛਾ ਜਾਂ ਮਨਸ਼ਾ ਦੇ ਮੁਤਾਬਕ ਇਸ ਪੂਰੀ ਜਾਂਚ ਨੂੰ ਕਰਨ ਦੀ ਕੋਸ਼ਿਸ਼ ਕੀਤੀ ਅ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਰਿਪੋਰਟ ਦੇ ਵਿੱਚ ਬਣਨ ਦਾ ਬਲਵੰਤ ਸਿੰਘ ਖੇੜਾ ਸਾਹਿਬ ਤੁਸੀਂ ਸੁਣਿਆ ਇਹ ਉਹੀ ਮਿਸ਼ਨਰੀ ਹੈਗੇ ਨੇ ਉਹੀ ਵਿਜਨਰੀ ਵੀ ਮੈਂ ਇਹਨਾਂ ਨੂੰ ਕਹਿੰਦਾ ਹਾਂ ਜੋ ਕਿ ਲਗੇ ਰਹਿੰਦੇ ਨੇ ਤੇ ਇਸ ਉਮਰ ਦੇ ਵਿੱਚ ਵੀ ਅੱਜ ਇਹ ਪੂਰੀ ਗੱਲਬਾਤ ਆਪਣੀ ਬੈਸਟ ਜਿੰਨੀ ਕਿ ਇਹਨਾਂ ਨੂੰ ਯਾਦਦਾਸ਼ ਇਨਵੋਕ ਕਰ ਸਕਦੇ ਨੇ ਉਹਨੂੰ ਕਰਕੇ ਇਹ ਸਾਡੇ ਨਾਲ ਅੱਜ ਇਹ ਜਿਹੜੀ ਡਿਟੇਲਸ ਹੈਗੀਆਂ ਉਹਨਾਂ ਨੂੰ ਸਾਂਝਾ ਕਿਤਨਾਂ ਨੇ ਸੋ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਦਾ ਸੋ ਇਸ ਦਿਨਾਲ ਇਸ ਪੂਰੀ ਰਿਪੋਰਟ ਨੂੰ ਵਿਰਾਮ ਦਿੰਨਾ ਲੇਕਿਨ ਇੱਕ ਬਹੁਤ ਵੱਡੀ ਟ੍ਰੇਜੇਡੀ ਮਾਲਟਾ ਬੋਟ ਟ੍ਰੇਜੇਡੀ 1996 ਦੇ ਇਤਰਾਸ ਦੀ ਜੋ ਕਿ ਆਉਣ ਵਾਲੇ ਸਮੇਂ ਲਈ ਮੈਰੀਟਾਈਮ ਡਿਜ਼ਾਸਟਰਸ ਦੇ ਵਿੱਚ ਇੱਕ ਬਹੁਤ ਵੱਡੇ ਤ੍ਰਾਸਦੀ ਦੇ ਰੂਪ ਵਿੱਚ ਦਰਜ ਹੈ ਲੇਕਿਨ ਇਸ ਤੋਂ ਬਾਅਦ ਵੀ ਸਬਕ ਸਰਕਾਰਾਂ ਨੇ ਨਹੀਂ ਲਏ ਹੈਗੇ ਨੇ ਮਨੁੱਖੀ ਤਸਕਰੀ ਬੇਸ਼ੱਕ ਉਸ ਪੁਰਾਣੇ ਰਵਾਇਤੀ ਟ੍ਰਿਕ ਕੇਨਲ ਜਿਸ ਦੇ ਤਹਿਤ ਕਿ ਡੋਂਕੀਆਂ ਮਾਰੀਆਂ ਜਾਂਦੀਆਂ ਜਾਂਦੀਆਂ ਸਨ ਉਹਦੇ ਨਾਲ ਉਹਦੇ ਵਿੱਚ ਕਮੀ ਆਈ ਹੈ ਕਿ ਉਹ ਹੀ ਹੋਟਾਂ ਤਰੀਕੇ ਬਹੁਤ ਬਣ ਗਏ ਹੈਗੇ ਨੇ ਤੇ ਕੁਝ ਹੋਰ ਮੁਲਕਾਂ ਦੇ ਵਿੱਚ ਵੀ ਰੁਝਾਨ ਵੜਿਆ ਕਿਉਂਕਿ ਉਹਨਾਂ ਵਕਤਾਂ ਦੇ ਵਿੱਚ ਯੂਰਪ ਇੱਕ ਬਹੁਤ ਗਰੀਨਰ ਪਾਸਚਰਸ ਹੋਇਆ ਕਰਦੇ ਸਨ ਲੇਕਿਨ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਮੁਲਕ ਹੈਗੇ ਨੇ ਲੇਕਿਨ ਇੱਥੇ ਵੀ ਜਿਹੜਾ ਇਲੀਗਲ ਟੰਗਨਾ ਜਿਹੜੀ ਹਿਊਮਨ ਟ੍ਰਾਫਿਕਿੰਗ ਹੈ ਉਹ ਅੱਜ ਵੀ ਬਦਸਤੂਰ ਜਾਰੀ ਹੈ ਟਰੈਵਲ ਏਜੰਟਾਂ ਵੱਲੋਂ ਵੱਲੋਂ ਠਗੀਆਂ ਮਾਰੇ ਜਾਂਦਾ ਸਿਲਸਿਲਾ ਵੀ ਜਾਰੀ ਹੈ ਤੇ ਨੌਜਵਾਨਾਂ ਦੀ ਜਾਨਾਂ ਨੂੰ ਖਤਰੇ ਵਿੱਚ ਪਾਉਣ ਦਾ ਸਿਲਸਿਲਾ ਵੀ ਜਾਰੀ ਹੈ ਹਾਲਾਂਕਿ ਤ੍ਰਾਸਦੀ ਉਸ ਲੈਵਲ ਦੀ ਕੋਈ ਵੱਡੀ ਨਹੀਂ ਹੋਈ ਹੈ ਤੇ ਅਸੀਂ ਦੁਨੀਆ ਭਰ ਦੇ ਵਿੱਚ ਇੱਕ ਸੋਚ ਜ਼ਰੂਰ ਬਣੀ ਹੈ ਬੇਸ਼ੱਕ ਸਰਕਾਰਾਂ ਮੰਨਨ ਜਾਂ ਨਾ ਮੰਨਨ ਲੇਕਿਨ ਯੂਰੋਪੀਅਨ ਯੂਨੀਅਨ ਦੇ ਲੈਵਲ ਤੇ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਇੱਕ ਬਹੁਤ ਵਿਚਾਰ ਵਟਾਂਦਰਾ ਹੋਇਆ ਤੇ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਇਸ਼ੂ ਸੀ ਇਸ ਸਟ੍ਰੈਟਜੀ ਨੇ ਉਸ ਨੂੰ ਲਿਆ ਕੇ ਫੋਰ ਫਰੰਟ ਤੇ ਲੰਦਾ ਤੇ ਬਾਅਦ ਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਵਿੱਚ ਇਸ ਪ੍ਰਤੀ ਪ੍ਰੋਪਰ ਜਿਹੜੇ ਡਰਾਫਟਸ ਵੀ ਬਨੇ ਤੇ ਹੋਰ ਐਸੇ ਕੁਝ ਸਟੈਂਡਰਡ ਪ੍ਰੈਕਟਿਸਸ ਜਿਆ ਬੈਸਟ ਪ੍ਰੈਕਟਿਸਸ ਜਾਂ ਐਸਓਪੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਹੈਗੇ ਨੇ ਖਾਸ ਕਰਕੇ ਕਿਸ ਤਰੀਕੇ ਨਾਲ ਐਸੀ ਕਿਸਮ ਦੇ ਡਿਜ਼ਾਸਟਰ ਜਾਂ ਜਿਹੜੀ ਡਿਸਟਰੈਸ ਕਾਲਸ ਹੁੰਦੀਆਂ ਨੇ ਉਹਨਾਂ ਨੂੰ ਮੈਰੀਟਾਈਮ ਜਿਹੜੀ ਅਥਾਰਟिटीज ਹੈ ਕਿਵੇਂ ਡੀਲ ਕਰਨ ਉਸ ਮੁਤਲਕ ਬਹੁਤ ਸੀ ਐਸੀ ਗਾਈਡਲਾਈਨਸ ਆਈਆਂ ਨੇ ਬੇਸ਼ੱਕ ਫਿਰ ਅ ਮੁਲਕਾਂ ਦੇ ਵਤੀਰੇ ਜਿਹੜੀ ਨੇਵਲ ਅਥਾਰਟिटीज ਹੈ ਉਹਨਾਂ ਦੇ ਵਤੀਰੇ ਉਵੇਂ ਦੇ ਉਵੇਂ ਨੇ ਲੇਕਿਨ ਉਮੀਦ ਕਰਾਂਗੇ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਇੱਕ ਬਹੁਤ ਪੁਰਾਣੀ ਇਤਰਾਸ ਦੀ ਬਾਰੇ ਕੁਝ ਐਸੀ ਤਾਜ਼ਾ ਜਾਣਕਾਰੀ ਵੀ ਮਿਲੀ ਹੈ ਕੁਝ ਐਸੀ ਚੀਜ਼ਾਂ ਵੀ ਪਤਾ ਲੱਗੀਆਂ ਨੇ ਜੋ ਕਿ ਸ਼ਾਇਦ ਪਬਲਿਕ ਡੋਮੇਨ ਦੇ ਵਿੱਚ ਨਹੀਂ ਸਨ ਕੋਸ਼ਿਸ਼ ਕੀਤੀ ਕਾਲ ਦੀ ਜ਼ਰੂਰੀ ਨਹੀਂ ਵੀ ਹਰ ਵਾਰ ਨਵੀਂ ਚੀਜ਼ ਹੀ ਲੈ ਕੇ ਆਈਏ ਪੁਰਾਣੀ ਇਤਰਾਸਦਿਆਂ ਨੂੰ ਬਿਆਨ ਕਰਨਾ ਹੈ ਉਹਨਾਂ ਦੀ ਯਾਦਦਾਸ਼ਤ ਉਹਨਾਂ ਦਾ ਵੀ ਆਪਣੇ ਆਪ ਦੇ ਵਿੱਚ ਇੱਕ 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 ਚੈਲੰਜ ਹੁੰਦਾ ਹੈ ਤ ਕਿਤਨਾ ਕਿਤੇ ਚੀਜ਼ ਜ਼ਰੂਰੀ ਹੈਗੀ ਹੈ ਇਹ ਪ੍ਰੋਸੈਸ ਅਸੀਂ ਤੁਹਾਨੂੰ ਏਮਪਾਵਰ ਕਰਨਾ ਚਾਹੁੰਦੇ ਹਾਂ ਅਸੀਂ ਤੁਹਾਨੂੰ ਇਨਫੋਰਮ ਕਰਨਾ ਚਾਹੁੰਦੇ ਜੇ ਇਨਫੋਰਮੇਸ਼ਨ ਹੋਏਗੀ ਜਾਣਕਾਰੀ ਹੋਏਗੀ ਸਹੀ ਪਰਸਪੈਕਟਿਵ ਸਾਹਮਣੇ ਹੋਣਗੇ ਤਾਂ ਫਿਰ ਇੱਕ ਸੋਚ ਵੀ ਪੈਦਾ ਹੋ ਜਾਏਗੀ ਸੋ ਇਸੇ ਆਸ ਦੇ ਨਾਲ ਇਸ ਵੀਡੀਓ ਨੂੰ ਵਿਰਾਮ ਦਿੰਨਾ ਹੈ ਬਹੁਤ ਬਹੁਤ ਧੰਨਵਾਦ ਰਿਤੇਸ਼ ਲਖਿਆਨ ਪਲਗਨਾਲ ਪણેਰੋ ਥੈਂਕ ਯੂ